सत श्री अकाल जी सारू अपने सबसक्राइबर भी सत श्रीकाल भी सारे सत श्रीकाल अज किधर की तैयारी कर ली है फिर आप चले पवे घूमा गे कहना मतलब व्लॉग सा वैसे अज वेले वैसे अपना चेते बैठा ते आज घूमने फिरने वास्ते आए हैं। चल लै के आशाल मार के फिर अगे मिलते हैं जी। तेरी मम्मी ने वीडियो कॉल लाई मेरे नाल ही। ओ तेरी मम्मी ने वीडियो कॉल लाई है। हेलो तेरी मम्मी ने वीडियो कॉल लाई मेनू। डायरी जो थी आहो आजा आजा आ वे गंद एक बोली साहब खड़ी कर दंगा यार तू भी ए गंद नु लैन आए हैं। ओ गंद कीर्तन कर सारा शरीर भरावा दुनिया कहना परे तू परे लोग खरे तू खरे बड़े बड़े बुद्धू लोग मिलते जिंदगी अज एक होर मिले सारा दिन उन्हें वेस्ट कराता जाडा। चलो जी आ गए हुण आपां जा रहे हां बोली साहब गुरद्वारा साहब लंघ के आ ते की कहंदे ने ओह कित्थे गया वीर दूजा इहनूं चकना सी अंदर गया ना मोर सिर खलारन ओह रिया सामने ओह भरावा मैनूं भी थां दे दो लंघण नूं कित्थे ओह रिया आ जा भाई नूं कह ओह दे अंदर चला गया पर्ची कटाएगा। अच्छा पर्ची कटा गया हैगा जिवें भी आ दे यार हैं तू पैंच भुखा ही ना जदों आना ओए फ्री दा खाना वे बड़ी भुख तगड़ी पई और भरा कि ठीक ठाक है आ बैठ फिर चलिए और भुख लग गई भरावा इत्थे आ गई इधर यार नू माता दा माल निरी भुख साली निरी भुख आ वेखो ये सानू कहंदे ना नूना मंसूरी लैके जाने ने ते साला गोली वाला पत्ता हटे पल्लू पींदे आ ते उंज कहंदा गोली वाला पत्ता पीना तुहाडे पल्लू सानू कहंदा पहाड़ां चलीए गर्मी बड़ी इत्थे ते तू तां जाणा किते वीर किधर गए ते लोकी क्या मोरे आ चल फिर पी के चलेंगे अगे फिर बनावांगे व्लॉग सारा अज वड्डा बनाना व्लॉग एक घंटे का है ना सही है। चल ठीक ओ लै आवो हुण लै आवो यार आ नाल ही जानियां ने आ वालियां ए विच नाल होनियां ना घर जा सकदे कि नहीं नहीं ओ पहला हुंदा है काका। अच्छा हुण पैसे लगदे दा इहदे पैसे लगदे ने हुण ए किन्ने दा भुख साले दा बजट इना इना हैगा नी ते खान नू किड्डा तगड़ा है तू तू जिम मारना ना साले जो कणक दियां बोरियां चुक चुके तेरे वर्गी चूही निकलदी विचों आ वेखो जी चंडीगढ़ सिटी असी मोहाली रॉक गार्डन पहुंचने वाले हां नहीं मोहाली जनी हैगा सच ओदे ओदे उधर दूजे बन्ने साइड च पैंदा है ना आई लाइक इट
ਤੇ ਆ ਆ ਗਿਆ ਜੀ ਫਵਾਰਾ ਚੌਂਕ ਜਿਹੜਾ ਮਟਕਾ ਚੌਂਕ ਫਵਾਰਾ ਚੌਂਕ ਨਹੀਂ ਕਵਾੜਾ ਚੌਂਕ ਇਹ ਕੋਈ ਕਵਾੜਾ ਚੌਂਕ ਸਾਡਾ ਪੇਵੇ ਦਾ ਉਹ ਫਵਾਰਾ ਹੈ ਕਵਾੜਾ ਹਾਂ ਤੇ ਫਰਕ ਕਿੰਨਾ ਕੀ ਬਈ ਜਾਣਾ ਆਪਾਂ ਸਤਾਰਾ ਮਾਰਕੀਟ ਸ਼ੁਰੂ ਹੋ ਗਈ ਭਾਜੀ ਇਥੋਂ ਸਤਾਰਾ ਮਾਰਕੀਟ ਟੈਂਕੀ ਆ ਗਈ ਜੀ ਤੇ ਤੁਸੀਂ ਤੇ ਘੁੰਮਦੇ ਕੰਮ ਹਸਪੀਟਲ ਹੈ ਜੀ ਇੱਧਰ ਕੁਰਸ਼ੇਤਰ ਚੱਲੇ ਅੱਜ ਤੇ ਕੰਮ ਸੀ ਮੈਨੂੰ ਬੜਾ ਜ਼ਰੂਰੀ ਫਿਰ ਮੈਂ ਗੱਡੀ ਲੈ ਕੇ ਗਿਆ ਘਰੋਂ ਗੱਡੀ ਲੈ ਕੇ ਆਇਆ ਤੇ ਪਤਾ ਲੱਗਾ ਗੱਡੀ ਚੱਲੀ ਏ ਆਹ ਬੰਦੇ ਨੇ ਤੈਨੂੰ ਮੇਰਾ ਲੱਗਦਾ ਅੱਜ ਮੈਂ ਉੱਥੇ ਲੈ ਜਾਣਾ ਮੁਰਥਲ ਢਾਬਿਆਂ ਦੀ ਪਹਿਲਵਾਨ ਢਾਬੇ ਲੈ ਜਾਣਾ ਤੈਨੂੰ ਤੇਲ ਫੂਕ ਕਿੱਥੇ ਤੈਨੂੰ ਲੈ ਕੇ ਜਾਈਏ ਮੂੰਹ ਵੇ ਸਾਲਾ ਜਿਵੇਂ ਗਿੱਲੀ ਕੰਧ ਚ ਮੁੱਕਾ ਮਾਰਿਆ ਹੁੰਦਾ ਬੜੀ ਹਰਿਆਲੀ ਸਾਡੇ ਤੇ ਹਰਿਆਣੇ ਚ ਬਹੁਤ ਜਿਆਦਾ ਹਰਿਆਣਾ ਨੀ ਹੈਗਾ ਪੰਜਾਬ ਵੈਸੇ ਦਾ ਠੀਕ ਨੀ ਫ੍ਰੀ ਦਾ ਖਾਣਾ ਘਰੂ ਫੋਨ ਆ ਗਿਆ ਕੁੱਤੇ ਖਾਣੀ ਹੁੰਦੀ ਕਹਿੰਦੀ ਵੇ ਤੂੰ ਮਰ ਜੇ ਮੋਟਰਸਾਈਕਲ ਕਿੱਥੇ ਖਲਾ ਰਿਹਾ ਮਾਂ ਨੂੰ ਅਜੇ ਭੇਵੇ ਤੂੰ ਬਾਹਰ ਨੀ ਨਿਕਲੇ ਇਹਦੀ ਕੁੱਤੇ ਖਾਣੀ ਹੋਵੇ ਕੀ ਕੀ ਕਹਿੰਦੇ ਬਈ ਓਏ ਅੱਜ ਦਿਨ ਕਹਿਤਾ ਕਹਿੰਦਾ ਜਿਹੜਾ ਖਾਣਾ ਹੈ ਨਾ ਸਾਰਾ ਉਹ ਮੇਰੇ ਵੱਲੋਂ ਹੈ ਤੁਸੀਂ ਇਸ ਗੱਲ ਦੀ ਫਿਕਰ ਨੀ ਕਰਨੀ ਠੀਕ ਨੀ ਤੇ ਮੈਂ ਤੇ ਘਰੇ ਗਿਆ ਆ ਮੈਂ ਕਿਹਾ ਜਿੱਥੇ ਗਿਆ ਸਾਡੇ ਨਾਲ ਨਵਰਾਜ ਸਿੰਘ ਪੁੱਤਰ ਕੀ ਨਾਮ ਤੇ ਲੜਿਓ ਕੁਲਦੀਪ ਸਿੰਘ ਕੁਲਦੀਪ ਸਿੰਘ ਤੇ ਗ੍ਰੈਂਡ ਫਾਦਰ ਨੇਮ ਨਾਂ ਲਿਆ ਨਾ ਪ੍ਰੇਮ ਸਿੰਘ ਸਾਰੀ ਸਾਰੀ ਕੋਹਲੀ ਫ੍ਰੀ ਦਾ ਖਾਣਾ ਘਰੂ ਫੋਨ ਆ ਗਿਆ ਕੁੱਤੇ ਖਾਣੀ ਹੁੰਦੀ ਕਹਿੰਦੀ ਵੇ ਤੂੰ ਮਰ ਜੇ ਮੋਟਰਸਾਈਕਲ ਕਿੱਥੇ ਖਲਾ ਰਿਹਾ ਮਾਂ ਨੂੰ ਅਜੇ ਭੇਵੇ ਤੂੰ ਬਾਹਰ ਨੀ ਨਿਕਲੇ ਇਹਦੀ ਕੁੱਤੇ ਖਾਣੀ ਹੋਵੇ ਕੀ ਕੀ ਕਹਿੰਦੇ ਬਈ ਓਏ ਜਿਹੜਾ ਖਾਣਾ ਹੈ ਨਾ ਸਾਰਾ ਉਹ ਮੇਰੇ ਵੱਲੋਂ ਹੈ ਤੁਸੀਂ ਇਸ ਗੱਲ ਦੀ ਫਿਕਰ ਨੀ ਕਰਨੀ ਠੀਕ ਨੀ ਤੇ ਮੈਂ ਤੇ ਘਰੇ ਗਿਆ ਆ ਮੈਂ ਕਿਹਾ ਜਿੱਦੇ ਗਿਆ ਸਾਡੇ ਨਾਲ ਨਵਰਾਜ ਸਿੰਘ ਪੁੱਤਰ ਕੀ ਨਾਮ ਤੇ ਲੜਿਓ ਕੁਲਦੀਪ ਸਿੰਘ ਕੁਲਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਤੇ ਗ੍ਰੈਂਡ ਫਾਦਰ ਨੇਮ ਨਾਂ ਲਿਆ ਨਾ ਪ੍ਰੇਮ ਸਿੰਘ ਸਾਰੀ ਸਾਰੀ ਕੋਹਲੀ ਇੱਕ ਜੀ ਰੋਡ ਬਣਦਾ ਪਿਆ ਵੱਡਾ ਇੱਕ ਪਿੱਛੇ ਲੰਘਿਆ ਦੇਖਾ ਇਹ ਗੰਦ ਮੁੱਕਣਾ ਹਰੇਕ ਦਿਨ ਗੰਦ ਮੁੱਕਣਾ ਹੈ ਆਰਮੀ ਰੋਡ ਕਿਹਾ ਜਾਂਦਾ ਪਰ ਮੈਨੂੰ ਤੇ ਨੀ ਲੱਗਦਾ ਕੋ ਆਰਮੀ ਵਾਲਾ ਸੀਨ ਇੱਥੇ ਆ ਜਿਹੜੀ ਗੱਡੀ ਖਾਲੀ ਹੋ ਰਹੀ ਹੈ ਸਰਜੀਤ ਨੂੰ ਪਤਾ ਕਿਵੇਂ ਹੋ ਰਹੀ ਹੈ ਸਰਜੀਤ ਨੂੰ ਪਤਾ ਸਰਜੀਤ ਨੇ ਵੀਡੀਓ ਵੇਖਣੀ ਉਹਨੂੰ ਪਤਾ ਹੈ ਨਾ ਵੀ ਕਿੱਦਾਂ ਖਾਲੀ ਹੋ ਰਹੀ ਹੈ ਬਹੁਤ ਵੱਡਾ ਰੋਡ ਬਣਾਇਆ ਰੋਡ ਕਾਹਦਾ ਬਣਾਇਆ ਜੀ ਫਸਲ ਬਰਬਾਦ ਕੀਤੀ ਜਾ ਆਸੇ ਪਾਸੇ ਦੀ ਹਾਂ ਇੰਨੇ ਵਿੱਧਰ ਹੀ ਆਉਣਾ ਰੋਗੇ ਮਹਾਰਾਜ ਜੀ ਰੋਗੇ ਜੀ ਰੋਗੇ ਅੱਜ ਨਵਰਾਜ ਨੇ ਐਲਾਨ ਕਰਤਾ ਐਲਾਨੀਆ ਤੌਰ 'ਤੇ ਕਹਿਤਾ ਕਹਿੰਦਾ ਬਈ ਮਨਸੂਰੀ ਲੇਹ ਲਦਾਖ ਜਾਣਾ ਪੈਣਾ ਜ਼ਰੂਰੀ ਅਤੇ ਕਹਿੰਦਾ ਖਰਚਾ ਸਾਰਾ ਮੇਰੇ ਵੱਲੋਂ ਕੋਈ ਦਿੱਕਤ ਇੱਦੀ ਗੱਲ ਨਹੀਂ ਹੈ ਪੂਰੀ ਅਤੇ ਇਹ ਲੈ ਕੇ ਚੱਲਿਆ ਸਾਨੂੰ ਹੁਣ ਹਨਾ ਲੇਹ ਲਦਾਖ ਮਨਸੂਰੀ ਤੇ ਕਹਿੰਦਾ ਪੈਂਕੋਂਗ ਜਿਹੜੀ ਉਹ ਰਿਵਰ ਕਹਿੰਦਾ ਤੁਹਾਨੂੰ ਵਿਖਾ ਲੈਣੀ ਬਲੂ ਬਲੂ ਕਲਰ ਦੀ ਹੈ
ਓਏ ਨਿਊ ਅਕਾਊਂਟ ਵੀ ਤੂੰ ਫੋਲੋ ਕਰ ਇਹਦਾ ਕਿਹੜਾ ਅਕਾਊਂਟ ਤੇਰਾ ਕਿਹੜਾ ਅਕਾਊਂਟ ਭਾਈ ਕਹਦੇ ਮੇਰੇ ਕੋਈ ਵੀਡੀਓ ਚ ਆਫੀਸ਼ੀਅਲ ਨਾਮ ਕਿੰਨੀਆਂ ਵੀਡੀਓ ਕਿੰਨੀਆਂ ਪਈਆਂ ਹੁੰਦਾ 1 ਮਿਲੀਅਨ ਮੇਰੇ ਫਲੋਵਰ ਸੀ ਵੀਰੇ ਇੱਧਰ 3 ਮਿਲੀਅਨ ਹੋ ਗਏ ਨੇ ਇੱਧਰ ਕੀ ਜਾਣਿਆ ਤੂੰ ਸਰਦਾਰਾਂ ਨੂੰ ਇੱਧਰ 3 ਮਿਲੀਅਨ ਨੇ ਤੂੰ ਮੇਰੇ ਜਿਹਨਾਂ ਨੇ ਤੁਹਾਨੂੰ ਉਹ ਕੀਤਾ ਬੋਲੋ ਹਾਂ ਇਹ ਤਾਂ ਮੇਰੇ ਨੇ ਉਹ ਅੱਛਾ ਉਹ ਤੇਰੇ ਵੱਲੋਂ ਆਏ ਨੇ ਜਿਹਨਾਂ ਨੇ ਫੋਲੋ ਕੀਤਾ ਮੂੰਹ ਵੇ ਆਪਣਾ ਹੋਰ ਸੋਹਣਾ ਸਨਖ ਦੇ ਮੂੰਹ ਵੇ ਓ ਮਾਈ ਗੋਡ ਸੁੰਦਰਤਾ ਡੁੱਲ ਡੁੱਲ ਕੇ ਪੈ ਰਹੀ ਚੈਨਲ ਤੇ ਜਾ ਕੇ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰਿਓ ਹਾਂ ਕੀ ਸਬਸਕ੍ਰਾਈਬ ਕਰਿਓ ਗੱਡੀ ਹੌਲੀ ਚਲਾਉਂਦੇ ਆ ਤੇ ਲੋਕ ਬਹੁਤ ਗੱਡੀ ਵਜਾਉਂਦੇ ਨੇ ਅਸੀਂ ਵੀ ਵਜਾਉਂਦੇ ਆ ਸੱਤਰ ਦੇ ਪਏ ਆ ਲੇਕਿਨ ਰੋਡ ਤੇ ਸਾਡਾ ਹੈਗਾ 50 ਵਾਲਾ ਸਾਰਾ ਇਹ ਆ ਦੇਖੋ ਆਵਾਜ਼ ਤੁਹਾਨੂੰ ਆਉਂਦੀ ਹੋਣੀ ਇੰਨਾ ਮਾੜਾ ਹਾਲ ਹੈ ਨਾ ਪੇਵਾ ਤੁਕਰ ਛੇਤਰ ਓਏ ਹੋਏ ਹੋਏ ਬਹੁਤਾ ਹੀ ਬੇੜਾ ਕਰਕੇ ਬਹੁਤਾ ਹੀ ਜ਼ਿਆਦਾ ਹੀ ਪਰਲਾ ਟਰੈਕ ਤੇ ਬਿਲਕੁਲ ਹੀ ਖਰਾਬ ਜਦੋਂ ਆਉਂਦੇ ਹੋਏ ਆਏ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੇ ਝੋਨਾ ਲੱਗ ਗਿਆ ਔਰ ਮੌਸਮ ਇੰਨਾ ਕੁ ਜ਼ਿਆਦਾ ਵਧੀਆ ਹੋਇਆ ਨਾ ਹੁਣ ਪਿਛਲੇ 15 ਕੁ ਦਿਨਾਂ ਤੋਂ ਇਹਦੇ ਬਾਰੇ ਦੋ ਬਚਨ ਕੋਈ ਕਹਿਣੇ ਹੋਣ ਕਿਸੇ ਨੇ ਮੌਸਮ ਏਡਾ ਕੁ ਵਧੀਆ ਨਾ ਕਿ ਨਿਕਲੋ ਤੇ ਫੇਰ ਉਹੀ ਰਹਿੰਦੇ ਓਏ ਹੋਏ 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 ਗਰਮੀ ਸਰੀਰ ਤੇ ਜਾਂਦੇ ਕੋਈ ਗਰਮੀ ਪੈਂਦੀ ਪਾਣੀ ਸਰੀਰ ਤੋਂ ਜਾਂਦੇ ਸਾਡੇ ਇਲਾਕੇ 'ਚ ਬਾਰਿਸ਼ ਨਹੀਂ ਪਈ ਇਹਦੇ ਵਰਗੇ ਠੱਗ ਬੈਠੇ ਨੇ ਬਾਰਿਸ਼ ਕਿਤੇ ਪੈ ਜਾਣੀ ਸਾਡੇ ਇਲਾਕੇ 'ਚ ਨਵਾਂ ਬੰਦਾ ਆਇਆ ਸਾਡੇ ਨਾਲ ਇੱਕ ਨਵਾਂ ਬੰਦਾ ਆਇਆ ਉਹ ਚੂਹੀ ਜੀ ਨਿਕ ਦਿਸਦੀ ਨਹੀਂ ਵੀ ਪਿੱਛੇ ਕਿਤੇ ਬੈਠਾ ਉਹ ਕਿਸੇ ਦੇ ਗਮਾਂ 'ਚ ਹੈ ਹੈ ਲਖਾਰੀ ਹੈ ਪੂਰਾ ਇਹ ਲਖਾਰੀ ਹੈ ਪੌਰ ਸਿੱਧਾ ਆ ਗਿਆ ਜੀ ਇੱਥੇ ਹੈ ਮਗਰਮੱਛ ਇੱਥੇ ਆ ਬਿਨ ਬਿਨ ਪ੍ਰਕਾਰ ਕੇ ਵੀ ਮਗਰਮੱਛ ਦੇਖ ਸਕਦੇ ਹੋ ਬਿਨ ਬਿਨ ਪ੍ਰਕਾਰ ਕੇ ਇੱਥੇ ਮਗਰਮੱਛ ਸੱਚੀ ਹੈ ਜੀ ਸਿਆਲਾਂ 'ਚ ਮਿਲਣਗੇ ਇਸ ਟਾਈਮ ਤਾਂ ਨਹੀਂ ਆ ਗੋੜ ਹੀ ਲੱਗਾ ਆ ਦੇਖੋ ਮਗਰਮੱਛ ਨਾਲ ਤੇ ਇਹ ਸਿਆਲਾਂ 'ਚ ਵੇਖਣ ਨੂੰ ਮਿਲਦੇ ਆ ਗਰਮੀਆਂ 'ਚ ਤਾਂ ਵਿਚਾਰੇ ਪਾਣੀ 'ਚ ਹੀ ਰਹਿੰਦੇ ਆ ਜ਼ਿਆਦਾ ਬਾਹਰ ਨਹੀਂ ਤੇ ਨਾਲ ਇੱਕ ਨਹਿਰ ਜਾ ਰਹੀ ਹੈ ਤੇ ਜਿਹੜੇ ਨਵਰਾਜ ਸਿੰਘ ਨੇ ਪੁੱਤਰ ਕੁਲਦੀਪ ਸਿੰਘ ਕਹਿ ਰਹੇ ਨੇ ਵੀ ਨਹਿਰ 'ਚ ਨਹਾਉਣਾ ਹੈ ਮੈਂ ਕਿਹਾ ਭਾਈ ਜੀ ਆਪਣੇ ਵਾਲੇ ਤੇ ਕੋਰੀ ਨਾ ਹੈ ਮੈਂ ਤਾਂ ਹੁਣੇ ਖਬਰ ਸੁਣ ਕੇ ਆਇਆ ਵੀ 3 ਯੁਵਕ ਮਾਰੇ ਗਏ ਨੇ ਨਹਿਰ 'ਚ ਡੁੱਬ ਕੇ ਤੇ ਭਰਾਵਾ ਹੱਸੇ ਨਾ ਸਰਿਆ ਜਵਾਨੀ ਤੁਹਾਡੇ 'ਚ ਖੂਨ ਹੈ ਨਾ ਨਹਿਰਾਂ 'ਤੇ ਨਹਾਇਆ ਕਰੋ ਜੇ ਨਹਾਉਣਾ ਆਪਣੀ ਸੇਫਟੀ ਨਾਲ ਨਹਾਓ ਯਾਰ 3 ਨੌਜਵਾਨ ਮੁੰਡੇ ਸੀਰੀਅਸ ਗੱਲ ਕਰ ਰਹੇ ਮੈਂ ਹਾਸਾ ਨਹੀਂ ਕਰ ਰਿਹਾ ਯਾਰ ਹੁਣ ਸਹੀ ਸਹੀ ਗੱਲ ਤੇ ਬਹੁਤ ਗਲਤ ਗੱਲ ਹੈ ਆਪਾਂ ਮੈਸੇਜ ਦੇ ਰਹੇ ਹਾਂ ਵੀ ਬੜਾ ਗਲਤ ਗੱਲ ਹੈ ਥੋੜਾ ਧਿਆਨ ਨਾਲ ਇਹਦੇ ਵਰਗੇ ਛਲਾਰੂ ਮਰਦੇ ਆ ਆਹ ਦੇਖ ਅੱਡ ਜਿਮ ਵਾਲੇ ਸਹੀ ਕਿ ਨਹੀਂ ਤੇ ਬਾਈ ਥੋੜਾ ਆਪਣਾ ਧਿਆਨ ਨਾਲ ਇੰਜੋਏ ਕਰੋ ਇਹ ਨਾ ਹੋਵੇ ਲਾਸਟ ਹੀ ਹੋ ਜਾਏ ਇੰਜੋਏ ਉਹ ਕਿੰਨੀ ਵਾਰੀ ਬੇਇੱਜ਼ਤੀ ਹੋ ਗਈ ਚਾਰ ਵਾਰੀ ਫੋਨ ਆ ਗਿਆ ਹੁਣ ਕਹਿੰਦੇ ਜਿਹੜੇ ਬੰਦੇ ਨੂੰ ਕਰਸ਼ੇਤਰ ਨਹੀਂ ਜਾਣ ਦਿੰਦੇ ਹੈਲੋ ਉਹਨੇ ਮੂਲ ਖੋਲਿਆ ਕਿੰਨੀ ਵਾਰੀ ਹੋ ਗਈ ਹੋਏ ਕਿਹੜਾ ਭਲਾ ਅਜੇ ਤੁਹਾਡਾ ਇੰਨੀ ਦੀ ਬੇਇੱਜ਼ਤੀ ਹੁੰਦੀ ਨਾ ਉਹ ਜਾ ਨਹਿਰਾਂ ਆਣੀਆਂ ਅੱਗੇ ਡੁੱਬ ਕੇ ਮਰ ਜਾ ਜਾ ਡੁੱਬ ਕੇ ਮਰ ਜਾ ਨਵਾ ਦੇਣਾ ਉਹ ਨਹਿਰ ਦੇ ਵਿੱਚ ਫਾ ਲੱਲਾ ਤੂੰ ਤੇ ਫਾ ਓਏ ਇੰਨੀ ਬੇਇੱਜ਼ਤੀ ਦੀ ਹੁੰਦੀ ਨਾ ਕ੍ਰਿਸ਼ੇਤਰ ਹੀ ਆਇਆ ਵਿਚਾਰਾ ਬੇਇੱਜ਼ਤੀ ਨਹੀਂ ਹੁੰਦੀ ਹੈ ਹੋਰ ਕੀ ਹੁੰਦੀ ਹੈ ਬੜੀ ਹੈ ਉਹ ਅੱਛਾ ਇਹ ਅੱਜ ਫਿਕਰ ਖਾਲਾ ਤੇਰਾ ਤੇ ਪੁੱਛਿਆ ਨਹੀਂ ਉਹਨਾਂ ਪੁੱਛਿਆ ਮੋਟਰਸਾਈਕਲ ਆ ਜੀ 7 ਵਜੇ ਤੋਂ ਬਾਅਦ ਮੇਰਾ ਪੁੱਛਿਆ ਨਹੀਂ ਖੇਤੀ ਆ ਜੀ ਤੇਰੀ ਤੇ ਕੋਈ ਜਾਣਕਾਰੀ ਲਈ ਨਹੀਂ ਅਗਲੇ ਆਣੇ ਤੇਰਾ ਤਾਂ ਨਾ ਹੀ ਨਹੀਂ ਲਿਆ ਉਹਨਾਂ ਨੇ ਓਏ ਸ਼ਿਟ ਹੁਣ ਸਾਡੇ ਵੀ ਆਇਆ ਵੇ 100 ਰੁਪਏ ਲੀਟਰ ਕਹਿੰਦੀ ਵੀ ਆਵਾਜ਼ਾਂ ਮਾਰਨ ਦੇ ਆ ਵੇ ਬਹੁਤ ਤੇਲ ਚਲੋ ਜੀ ਅੱਗੋਂ ਕਰਾਵਾਂਗੇ ਟੈਂਕੀ ਫੁੱਲ ਆ ਗਈਆਂ ਨਹਿਰਾਂ ਓਏ ਓਏ ਆ ਗਈਆਂ ਵੇਲਾ ਆਂਦੀ ਵਾਰ ਦੇਖਾਂ ਹੈ ਆਂਦੀ ਵਾਰ ਓਏ ਫੁੱਲ ਚਲਦੀਆਂ ਵੀਆਂ ਤੇ ਡੁੱਬ ਮਰ ਕੁਛ ਖਾ ਵੀ ਆਈਏ ਫੇਰ ਮਰਾਂਗੇ ਖਾ ਵੀ ਆਈਏ ਕੁਛ ਫੇਰ ਮਰਾਂਗੇ ਭੁੱਖੇ ਪੇਟ ਤੇ ਮਰੇ ਵੀ ਨਹੀਂ ਜਾਣਾ ਤੁਗਾ ਤਾਂ ਸਭਣਾ ਔਖਾ ਤੂੰ ਨਾ ਤੁਗਾ ਜੇ ਮੈਂ ਬਚ ਗਿਆ ਫੇਰ ਇੱਕ ਤੁਗਾ ਮੈਂ ਛਾਲ ਭੁੱਖਾ ਮਾਰ ਜਾ ਹੈ ਉਹ ਤੂੰ ਮੈਂ ਬਚ ਜਾ ਅੱਗੂ ਮਾਮੇ ਖੜੇ ਨੇ ਆਪਾਂ ਫੋਨ ਥੱਲੇ ਕਰ ਲਿਆ ਅੱਗੂ ਮਾਮੇ ਖੜੇ ਆਪਾਂ ਫੋਨ ਥੱਲੇ ਕਰ ਲਿਆ ਤੇ ਆਹ ਗੱਲਬਾਤ ਹੈ ਬਾਬੂ ਜੀ ਪਰ ਆਪਾਂ ਸੇਫਟੀਆਂ ਚੱਲ ਰਹੇ ਹਾਂ ਪੂਰੀ ਬੈਲਟ ਬੁਲਟ ਲਾਈ ਹੋਈ ਤਾੜੀ ਨੂੰ ਡੱਕੇ ਨਾ ਮੂੰਹ ਵੀ ਲੇਟ ਲਈ ਨਾ ਸਾਂਗ ਕੋਈ ਚੱਕਰ ਨਹੀਂ ਕਰੋਨਾ ਨਹੀਂ ਸਾਨੂੰ ਹੁੰਦਾ ਵੀਰੋ ਕਰੋਨਾ ਨਹੀਂ ਹੁੰਦਾ ਹੈਗਾ ਕਰ ਦਾਂਗੇ 500 ਦੇ ਐਵੇਂ ਹੀ ਇੱਡੀ ਕਿਹੜੀ ਗੱਲ ਨੇ ਉੱਤੇ ਕਿੰਨ ਦੂਰ ਬੰਨ ਹੈ ਵੀ ਖੁੱਲਾ ਏ ਉਹ ਮੂੰਹ ਬੰਨ ਲੋ ਏ ਬੰਨ ਲੋ ਬੰਦਾ ਗੱਲ ਉਨੀ ਕੇ ਕਰੇ ਜਿੰਨੀ ਕਿ ਜੱਤਦੀ ਗੋਲੀ ਵਾਲੇ ਬੱਤੇ ਲੜਨਦੇ 2 ਰੁਪਏ ਘੱਟ ਕਰ ਲੈ ਲੈ ਥਰਡ ਗੇਟ ਕੁਰਸ਼ੇਤਰ ਯੂਨੀਵਰਸਿਟੀ ਪਹੁੰਚ ਗਿਆ ਜੀ ਫਾਟਕ ਲੱਗਾ ਹੋਇਆ ਮਾਲ ਗੱਡੀ ਜਾ ਰਹੀ ਹੈ ਤੇ ਕਿਆ ਬਾਤ ਹੈ ਮੈਂ ਵੀ ਇੱਥੇ ਪੜ੍ਹਦਾ ਤੇਰੀ ਤਾਂ ਡਿਗਰੀ ਵੀ ਇਹਨਾਂ ਨੇ ਦਿੱਤੀ ਕੋਈ ਨਾ ਡਿਗਰੀ ਦਿੱਤੀ ਨਹੀਂ ਸਾਲਿਆਂ ਨੇ ਕਿਉਂ ਫੀਸ ਫੂਸ ਦਾ ਰੌਲਾ ਹੋ ਗਿਆ ਬਸ ਫਿਰ
बड़ा पढ़ जाना मेरे वांगू डिग्री ज्यादा है वाह वाह यार इधर माल गड्डिया चल दी अपने ना मैं फर्स्ट टाइम देखी नू दूजिया वेखनिया धूस भरिया जा अरे आप गए ओदे च रब बचावे ना जावे कोई चलो जी हो गई समाप्ति हूं फाटक चक दो छो जान साडी कहने भाई कुरुक्षेत्र वेख लो भाई बड़ी तगड़ी सिटी है वेखन वाली इतिहासिक सिटी है जिथे महाभारत हुई जंग लग गई बड़ी ट्रैफिक है जाम फाटक हो बंद उत्तराखंड तू है की नाम सी तुला राम की मूर्ति लाई है ठीक है भाई ठीक है ओ तुर पै मोरिया है लाइन जिन्ना चल दे या देख जी अपना ट्रैक यार इधर है आप जिधर जाने पे ना ਇਹ ਕਿੱਧਰ ਜਾਂਦਾ ਫਿਰ ਬਾਈ ਆ ਦੇਖੀ ਇਹ ਨਾਜੀ ਵਰਗਾ ਡਰਾਈਵਰ ਬਈ ਪੜਦੇ ਲਾਏ ਸ਼ਿਟ ਯਾਰ ਇਹ ਨਾਜੀ ਵਰਗਾ ਆ ਦੇਖ ਉਹ ਦੇਖ ਕਿਧਰੋਂ ਥੱਲੂ ਜਾ ਕੇ ਆਂਦੇ ਨੇ ਲੈ ਯਾਰ ਦੇਖ ਇੱਥੇ ਭੈਣ ਚ ਸੁਧਾਰ ਕਦੀ ਨਹੀਂ ਹੋ ਸਕਦਾ ਯਾਰ ਨਿਕਲਦੀ ਤੇ ਗਾਲ ਹੀ ਮੂੰਹ ਚ ਇੱਥੇ ਸੁਧਾਰ ਨਹੀਂ ਹੋ ਸਕਦਾ ਕਿੰਨੇ ਭਾਰਤ ਹੈ ਇਹ ਮਾੜਾ ਡਰਾਈਵਰ ਬਈ ਆ ਵੇਖ ਲੈ ਆ ਵੈਨ ਵਾਲੇ ਦਾ ਵੇਖ ਚੱਜ ਦੇ ਇਹਦੇ ਚੱਜ ਵੇਖ ਲਓ ਦੱਸ ਜਾਣ ਦੇ ਜਾ 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 ਲੱਥ ਮਗਰੂ ਆ ਵੀ ਭਰਾਵਾ ਜਦੋਂ ਨਾ ਰੋਡ ਬਣ ਗਿਆ ਨਾ ਆ ਮੈਂ ਡੱਬਾ ਕਿਲੋ ਲੱਡੂਆਂ ਦਾ ਵੰਡਣਾ ਹੈ ਇਹਨੂੰ ਬਣਦੇ ਨੂੰ ਚਾਰ ਚਾਰ ਸਾਲ ਹੋ ਗਏ ਨੇ ਚਾਰ ਕੁ ਕਿਲੋਮੀਟਰ ਸਾਰਾ ਤੇ ਯੂਨੀਵਰਸਿਟੀ ਦੇ ਕੋਲ ਹੈ ਇੰਡੀਆ ਦੀਆਂ ਸੱਤ ਟੋਪ ਯੂਨੀਵਰਸਿਟੀਆਂ 'ਚ ਇੱਕ ਯੂਨੀਵਰਸਿਟੀ ਕੁਰਸ਼ੇਤਰ ਯੂਨੀਵਰਸਿਟੀ ਹੈ ਅਤੇ ਇਹਦੇ ਅੱਗੇ ਹਾਲ ਵੇਖ ਲਓ ਕੀ ਹਾਲ ਆ ਵੇਖ ਲਓ ਆਹ ਯੂਨੀਵਰਸਿਟੀ ਹੈ ਜੀ ਸਾਡੇ ਇੱਥੇ ਕੁਰਸ਼ੇਤਰ ਅਤੇ ਆਹ ਰੋਡ ਦੇ ਹਾਲ ਅੱਧਾ ਕੁ ਬਣਾਏ ਆ ਅੱਧਾ ਕੁ ਕੁਝ ਅੱਧਾ ਕੁ ਕੁਝ ਯਾਰ ਨਵਰਾਜ ਕੋਲ ਲੈ ਐਕਸ਼ਨ ਯਾਰ ਕੀ ਨਾਦਰਾ ਨਾਜੀ चाह पानी पीने की बेइज्जती होंदी बंदे यार मैं अज बह गया गड्डी गांह तो नहीं जी ਇਹ ਕੁਰਸ਼ੇਤਰ ਦਾ ਹਸਪਤਾਲ ਸਰਕਾਰੀ ਜੇ ਕਿਸੇ ਨੇ ਇਲਾਜ ਕਰਾਉਣਾ ਬਿਲਕੁਲ ਫਰੀ ਹੁੰਦਾ ਹੈ ਨਾ ਇੱਥੇ ਕੋਈ ਲੈਣ ਹੈ ਨਾ ਕੁਛ ਡਾਕਟਰ ਦੀ ਫੈਸਿਲਿਟੀ ਨਾ ਇੰਨੀ ਕੁ ਜ਼ਿਆਦਾ ਜ਼ਬਰਦਸਤ ਹੈ ਨਾ ਮੈਂ ਦੱਸਦਾ ਨਵਾਂ ਬਣਿਆ ਮੋਦੀ ਰਾਹ ਦੇ ਵਿੱਚ ਡਾਕਟਰ ਬੈਠੇ ਨੇ ਕਿਆ ਫੈਸਿਲਿਟੀ ਹੈ ਪੇਸ਼ੈਂਟ ਅਜੇ ਘਰੇ ਹੀ ਹੁੰਦਾ ਉਹਨੂੰ ਕਹਿੰਦੇ ਨਾ ਕੁਰਸ਼ੇਤਰ ਸਰਕਾਰੀ ਹਸਪਤਾਲ ਦੇ ਨੂੰ ਲੈ ਕੇ ਚੱਲੇ ਹਾਂ ਪਹਿਲਾਂ ਠੀਕ ਹੋ ਜਾਂਦਾ ਜੇ ਮੋਦੀ ਦੇ ਖਿਲਾਫ ਇਸਨੇ ਗਾਲਾਂ ਕੱਢੀ ਨੇ ਵੇਸਾ ਲਾ ਲਿਆ ਹਾਂ ਫਿਰ ਅਸੀਂ ਪੂਰੇ ਆ ਗਿਆ ਬਾਈ ਜੀ ਨੂੰ ਅਸੀਂ ਮਿਲਣਾ ਹਾਂਜੀ ਬਾਈ ਜੀ ਕੀ ਹਾਲ ਹੈ ਮਹਾਰਾਜ ਆ ਵੀਰ ਨੂੰ ਮਿਲਣਾ ਵੀਰ ਖਾ ਗਿਆ ਸਾਰੇ ਪੈਸੇ ਮੇਰੇ ਆ ਖਾ ਗਿਆ ਹੋਰ ਠੀਕ ਠਾਕ ਭਾਜੀ ਠੀਕ ਠਾਕ ਹੋ ਪੈਸੇ ਫੜ ਪਹਿਲਾਂ ਉਹਨੇ ਗਿਲ ਲੈ ਅਤੇ ਹੋਰ ਸੁਣਾਓ ਨਵੀਂ ਤਾਜੀ ਕੋਈ ਗੱਲਾਂ ਬਾਤਾਂ ਉਹ ਹੱਥ ਤੇਰਾ ਉਹ ਵੀ ਹਿਸਾਬ ਰਹਿੰਦਾ ਨਾ ਕਰਨ ਵਾਲਾ ਤਾਂ ਬਾਈ ਨਾਲ ਹਿਸਾਬ ਕਰਕੇ ਫਿਰ ਤੁਹਾਡੇ ਨਾਲ ਕਰਦੇ ਹਾਂ ਗੱਲਬਾਤ ਜੀ ਹਸਪਤਾਲ 'ਚ ਮੈਨੂੰ ਦੱਸਿਆ ਕਿੰਨੀ ਕੁ ਸਹੂਲਤ ਇੱਥੇ ਨਾ ਹੋ ਭਰਾਵਾ ਇਹਦੇ ਕੋਲ ਦੋਸਤ ਹੈ ਅੱਗੇ ਵੀ ਨਹੀਂ ਡੇ ਨੇ ਨਵਾਂ ਬਣਾਇਆ ਬੜੀ ਵਧੀਆ ਬਿਲਡਿੰਗ ਬੜੀ ਸ਼ਾਨਦਾਰ ਫੈਸਿਲਿਟੀ ਹੈ ਭਰਾਵਾ ਤੁਹਾਨੂੰ ਕੀ ਦੱਸਣਾ ਪਤਾ ਹੀ ਤੁਹਾਨੂੰ ਸਰਕਾਰੀਆਂ ਦਾ ਕੀ ਹਾਲ ਚਾਲ ਅੱਛਾ ਹੁਣ ਆਪਾਂ ਬੰਦੇ ਨੂੰ ਤੇ ਮਿਲ ਲਿਆ ਆਪਾਂ ਜਾ ਕੇ ਧਰੇ ਹੁਣ ਢਾਈ ਟੱਪੇ ਲਾ ਨੀ ਦੇਖਿਆ ਕਦੀ ਚੱਲ ਤੁਹਾਨੂੰ ਅੱਜ ਬ੍ਰਹਮ ਸਰੋਵਰ ਦਿਖਾਵਾਂਗਾ ਜਿੱਥੇ ਭੀਮ ਸੈਨ ਨੇ ਟੱਪਾ ਮਾਰਿਆ ਪਤੰਦਰ ਨੇ ਹਰ ਕਿੰਨੇ ਕਿੱਲਿਆਂ ਚ ਬਣਾਤਾ ਹੋ ਅੱਜ ਦੇਖਿਆ ਜਾਏਗਾ ਮੈਂ ਵੀ ਨੀ ਕਦੀ ਦੇਖਿਆ ਅੱਜ ਤੱਕ ਅੱਜ ਉਹ ਦੇਖਦੇ ਹਾਂ ਬ੍ਰਹਮ ਸਰੋਵਰ ਤੇ ਜਾਵਾਂਗੇ ਜੇ ਕਰੋਨਾ ਕਰਾਨਾ ਕਰਕੇ ਬੰਦ ਬੁੰਦ ਦਾ ਚੱਕਰ ਨਹੀਂ ਇਹ ਤੈਨੂੰ ਤਾਂ ਸਾਰਾ ਪਤਾ ਨਾ ਓਏ ਤੇਰਾ ਸੱਚ ਯਾਰ ਬਜਟ ਜ਼ਿਆਦਾ ਉੱਚਾ ਹੈ ਨਾ ਤਾਂ ਕਰਕੇ ਨਾ ਸਾਡੇ ਬਜਟ ਨਹੀਂ ਹੈਗੇ ਇੰਨੇ ਤੈਨੂੰ ਪਤਾ ਕਿਵੇਂ ਕਿ ਕੋਈ ਮੰਗ ਮੂੰਗ ਕਿਵੇਂ ਮਤਲਬ ਹਨਾ ਤਰਲਾ ਭੈੜਾ ਮੂੰਹ ਬਣਾ ਕੇ ਤੁਰ ਜਾਣਾ ਕਿਵੇਂ ਨਹੀਂ ਪਹਿਲਾਂ ਕਹਿੰਦਾ ਪੈਸੇ ਹੈਗੇ ਨੇ ਕਹਿੰਦਾ ਨਹੀਂ ਕਹਿੰਦਾ ਫਿਰ ਦੱਸ ਦੋ ਫਿਰ ਨਹੀਂ ਕੂਪਨ ਨਹੀਂ ਮੰਦਰ ਸਾਹਮਣੇ ਜੀ ਆਪਾਂ ਨੂੰ ਪਤਾ ਨੀ ਹੈਗਾ ਵੈਸੇ ਮੈਨੂੰ ਪਰ ਇੰਨਾ ਪਤਾ ਵੀ ਇੱਥੇ ਮਹਾਭਾਰਤ ਹੋਈ ਉਹ ਤਾਂ ਮੈਨੂੰ ਪਤਾ ਹੈ ਨਾ ਚਲੋ ਜਿਹੜੀ ਗੱਲ ਦਾ ਪਤਾ ਹੈ
ਬਾਕੀ ਇਹ ਸਿਸਟਮ ਸਾਰਾ ਬਾਅਦ 'ਚ ਬਣਿਆ ਨਾ, ਜਿੰਨੇ ਵੀ ਮੰਦਰ ਮੁੰਦਰ ਨੇ ਸਾਰੇ, ਅਤੇ ਉਹ ਕਿਹਨੂੰ ਲੱਭਣ ਦਿਆ, ਕਿਹਨੂੰ ਕਿਹਨੂੰ ਫ੍ਰੀ ਝਾੜਦੇ ਹੈ ਉਹ ਤੁਹਾਡਾ ਭਲਾ ਜੀ, ਉਹ ਫ੍ਰੀ ਨਾ ਦਈ ਭਰਾ ਇਹਨੂੰ ਕੁਛ ਵੀ, ਇਹ ਭੁੱਖੇ ਵੱਡੀ ਤੁਹਾਡਾ ਭਲਾ ਜੇ। ਚਲੋ ਵੇਖਦੇ ਹਾਂ ਪਹਿਲਾਂ ਅੰਦਰ ਜਾ ਕੇ ਪਤਾ ਲੱਗੇ ਕਿਹੜਾ ਜਾਣ ਦਿੰਦੇ ਕਿ ਨਹੀਂ ਦਿੰਦੇ ਕਰੋਨਾ ਕਰਕੇ। ਹਾਂ ਇੱਥੇ ਮੇਲਾ ਵੀ ਬਹੁਤ ਭਰਦਾ ਹਰ ਸਾਲ, ਬਹੁਤ ਵੱਡਾ ਮੇਲਾ ਭਰਦਾ ਇੱਥੇ। ਓ ਵਾਹ ਜੀ ਵਾਹ, ਇੱਥੋਂ ਸਟਾਰਟ ਹੋ ਗਿਆ ਜੀ ਸਾਰੇ ਵੱਲੋਂ, ਇਹ ਜਿਹੜਾ ਸਰੋਵਰ ਬਣਾਇਆ ਹੋਇਆ ਇਹਨਾਂ ਨੇ ਨਾ, ਆਹ ਦੇਖੋ ਕੱਥਿਆ ਤੱਕ ਹੈ, ਬੱਲੇ ਬੱਲੇ ਬੱਲੇ, ਆਹ ਬ੍ਰਿਜ ਇਹਦਾ ਬਹੁਤ ਵਧੀਆ ਜੀ। ਸਫਾਈ ਬਹੁਤ ਜ਼ਿਆਦਾ ਹੋ ਗਈ ਹੈ, ਸਫਾਈ ਵਧੀਆ ਇੱਥੇ ਹੁਣ, ਆਹ ਦੇਖੋ ਜੀ ਬਹੁਤ ਵੱਡਾ ਤਲਾਅ ਜੀ ਬਣਾਇਆ ਇਹਨਾਂ ਨੇ। ਇੱਧਰ ਫੋਟੋਗ੍ਰਾਫ ਸਤੀਸ਼ ਪਹੁੰਚ ਚੁੱਕੇ ਹਨ, ਭੈਣ ਦੀ ਆ ਇਹਦੀਆਂ ਨਹੀਂ ਫੋਟੋਆਂ ਪੂਰੀਆਂ ਹੁੰਦੀਆਂ, ਆਹ ਦਰਵੇ ਇਹ ਮੂੰਹ ਵੇਖਦਾ, ਬਹੁਤ ਵਧੀਆ ਜੀ। ਬਾਕੀ ਬਸ ਆਹੀ ਹੈ, ਬਾਕੀ ਇਹ ਸਾਰੀ ਗੈਲਰੀ ਜੀ ਨਾਲ ਦੀ ਨਾਲ, ਹੈ ਨਾ ਬਰਾਂਡਾ ਬਣਿਆ ਹੋਇਆ, ਉਹ ਸਾਹਮਣੇ ਹੀ ਬਣਦਾ ਵਾ ਮੰਦਰ ਇੱਕ, ਵੀ ਸਾਰਾ ਮੰਦਰ ਹੀ ਮੰਦਰ ਇੱਥੇ, ਅਤੇ ਹਿੰਦੂ ਟੈਂਪਲ ਜ਼ਿਆਦਾ ਨੇ ਇੱਥੇ, ਬੜੀ ਮਾਨਤਾ, ਬਹੁਤ ਮੇਲਾ ਮੁੱਲਾ ਭਰਦਾ ਇੱਥੇ, ਸਿਕਿਉਰਿਟੀ ਵੀ ਲੱਗੀ ਪਰ ਸਾਨੂੰ ਡੱਕਿਆ ਨਹੀਂ ਹੈ, ਕਹਿਣ ਨੇ ਨਾ ਕੁਛ ਕਿਹਾ ਵੀ ਅੰਦਰ ਜਾਣਾ ਕਿ ਨਹੀਂ ਜਾਣਾ, ਬਟ ਅਸੀਂ ਆ ਗਏ ਪਰ ਸਾਨੂੰ ਡੱਕੇ ਨਹੀਂ ਉਹਨਾਂ ਨੇ। ਇੱਥੇ ਮਹਾਂਭਾਰਤ ਦੀ ਜੰਗ ਹੋਈ ਸੀ ਇਹ ਕੁਰਸ਼ੇਤਰ 'ਚ ਜੀ, ਕਹਿੰਦੇ ਕੁਰਸ਼ੇਤਰ ਵੀ ਦੇਖੋ ਬਾਈ ਜਾਂ ਹੋਈ ਸੀ ਬੜੀ ਲੜਾਈ ਹੈ। ਠੀਕ ਹੈ ਜੀ, ਪੰਡਿਤ ਜੀ ਆਏ ਸਨ, ਪੰਡਿਤ ਜੀ ਸਾਨੂੰ ਆਦੇਸ਼ ਦੇ ਗਏ ਨੇ ਸਰ ਜੀ ਮਾਸਕ ਰੁਮਾਲ ਮੂੰਹ 'ਤੇ ਬੰਨੋ, ਨਹੀਂ ਤਾਂ ਗੇਮ ਪੈ ਜਾਏਗੀ ਤੁਹਾਡੇ 'ਤੇ, ਹੈ ਨਾ ਇਹ ਨਾ ਹੋਵੇ ਵੀ ਲੋਕ ਦੇ ਚੱਕਰ 'ਚ ਹਜ਼ਾਰ, ਏ ਹੁਣ 500 ਨਹੀਂ ਹੈਗਾ, 1000 ਦੀ ਗੇਮ ਪੈ ਜਾਏਗੀ, ਅਤੇ ਸੇਫਟੀ ਰੱਖੋ। ਮੈਂ ਕਿਹਾ ਜੀ ਬੰਦੇ ਸਾਡੇ ਡਰ ਗਏ ਨੇ, ਇਹਦੇ ਕੋਲ ਰੁਮਾਲ ਨਹੀਂ ਹੈਗਾ ਹੁਣ, ਇਹ ਤੇਰਾ ਫੈਨ ਆਪਣਾ ਆਪਣਾ ਵੀਰੇ ਆਪਣਾ ਆਪਣਾ, ਹਾਂ ਇਹ ਆਪਣਾ ਆਪਣਾ, ਇੰਜੋਏ ਹੋ ਰਿਹਾ ਜੀ, ਹਵਾ ਚੱਲ ਰਹੀ ਹੈ ਬੜੀ ਵਧੀਆ, ਠੰਡ ਬੜੀ ਹੈ, ਅਤੇ ਜਦੋਂ ਵੀ ਆਉਣਾ ਮਹੀਨੇ 'ਚ ਕੱਪੜੇ ਗਰਮ ਲੈ ਕੇ ਆਇਓ। ਚਲੀਏ ਫਿਰ ਅੱਗੇ ਨੂੰ, ਕਿੱਧਰ ਚਲੀਏ ਹੁਣ, ਬੜਾ ਵਧੀਆ ਯਾਰ ਵਿਊ। ਜੋ ਯਾਤਰੀ ਬ੍ਰਹਮ ਸਰੋਵਰ ਪਰ ਘੁੰਮ ਰਹੇ ਹੈ, ਹਾਂਜੀ ਉਨਸੇ ਅਨੁਰੋਧ ਹੈ ਕਿ ਕੋਰੋਨਾ ਮਹਾਮਾਰੀ ਕੋ ਦੇਖਤੇ ਹੋਏ ਮਾਸਕ ਲਗਾਉਣਾ ਅਤਿ ਆਵਸ਼ਕ ਹੈ, ਜੋ ਯਾਤਰੀ ਬਿਨਾਂ ਮਾਸਕ ਦੇ ਘੁੰਮ ਰਹੇ ਹੈ, ਹਾਂਜੀ ਅਨੁਰੋਧ ਹੈ ਕਿ ਤੁਰੰਤ ਮਾਸਕ, ਤੈਨੂੰ ਵੇਖ ਕੇ ਅਨਾਉਂਸਮੈਂਟ ਹੋਈ, ਤੈਨੂੰ ਵੇਖ ਕੇ ਹੋਈ ਹੈ, ਯਾਤਰੀਗਣ ਧਿਆਨ ਦੀਜੀਏ ਬ੍ਰਹਮ ਸਰੋਵਰ ਪਰ ਰੇਲਿੰਗ ਸੇ ਆਗੇ 15 ਫੁੱਟ ਗਹਿਰਾ ਪਾਣੀ ਹੈ, ਰੇਲਿੰਗ ਸੇ ਆਗੇ ਸਨਾਨ ਕਰਨਾ ਸਖਤ ਮਨਾ ਹੈ, ਜੋ ਯਾਤਰੀ ਰੇਲਿੰਗ ਸੇ ਆਗੇ ਸਨਾਨ ਕਰ ਰਹੇ ਹੈ ਬਾਕੀ ਮੰਦਰ ਬਹੁਤ ਵਧੀਆ, ਵੈਸੇ ਤਾਂ ਸਾਫ ਸੁਥਰਾ ਬਹੁਤ ਬਣਾਇਆ, ਵੈਸੇ ਸਫਾਈ ਬਹੁਤ ਜ਼ਿਆਦਾ ਹੈ ਨਾ, ਸਫਾਈ ਬੜੀ ਵਧੀਆ ਕੀਤੀ ਹੋਈ ਇੱਥੇ, ਹਾਂ ਜੇਬ ਕਤਰਿਆਂ ਤੋਂ ਕਹਿੰਦੇ ਨੇ ਵੀ ਪਛਾਣ ਲਿਆ ਤੈਨੂੰ ਉਹਨੇ, ਕਹਿੰਦਾ ਜੇਬ ਕਤਰਿਆਂ ਨੂੰ ਸਾਵਧਾਨ। ਆ ਦੇਖੋ ਜੀ ਇਹ ਰੱਥ ਬਣਾਈ ਹੋਈ ਹੈ, ਮਹਾਂਭਾਰਤ ਦੀ ਹਿਸਟਰੀ ਵੀ ਲਿਖੀ ਹੋਈ ਵੈਸੇ ਇਹਦੀ, ਅਤੇ ਅੱਜ ਪਹਿਲੀ ਵਾਰੀ ਸਾਨੂੰ ਵੇਖਣ ਦਾ ਮੌਕਾ ਮਿਲਿਆ, ਲੇਕਿਨ ਆ ਰੱਥ ਬਣਾਈ, ਫਰੰਟ ਤੋਂ ਆਪਾਂ ਲਵਾਂਗੇ ਤਾਂ ਕੁਛ ਬਣਾਵਾਂਗੇ ਜਿੱਥੇ ਮਹਾਂਭਾਰਤ ਹੋਈ, ਇੱਥੇ ਕਰਨ ਦੀ ਰੱਥ ਗਾਰੇ 'ਚ ਫਸ ਗਈ ਸੀ ਇੱਕ, ਸ਼ਾਇਦ ਉਹ ਵੀ ਬਣਾਈ ਸੀ ਮੈਂ ਸੁਣਿਆ ਸੀ ਜਿਹਦੇ ਕੋਲ ਵੀ ਰੱਥ ਬਣਾਈ ਹੋਈ ਜਿਵੇਂ ਕਰਨ ਦੀ ਰੱਥ ਗਾਰੇ 'ਚ ਫਸ ਜਾਂਦੀ ਜੰਗ ਦੇ ਵਿੱਚ, ਇਹੀ ਰੱਥ ਪੁਰਾਣਾ, ਨਹੀਂ ਨਹੀਂ ਇਹ ਤਾਂ ਬਣਾਇਆ ਯਾਰ, ਨਾ ਨਾ ਆਹ ਦੇਖੋ ਜੀ ਅਰਜਨ ਖੜਾ ਅਤੇ ਭਗਵਾਨ ਕ੍ਰਿਸ਼ਨ ਆਦੇਸ਼ ਦੇ ਰਹੇ ਨੇ, ਕਿਆ ਬਾਤ ਹੈ ਜੀ। ਹਾਂਜੀ ਮਹਾਰਾਜ, ਨਹੀਂ ਸਰ ਥੈਂਕ ਯੂ, ਕੋਈ ਟੈਟੂ ਨਹੀਂ ਬਣਾਉਣਾ ਸੀ, ਅਤੇ ਬਹੁਤ ਵਧੀਆ ਵੈਸੇ ਤਾਂ ਸਫਾਈ ਬੜੀ ਵਧੀਆ, ਮੈਨੂੰ ਤਾਂ ਸਫਾਈ ਨੇ ਕੀਲ ਲਿਆ, ਅਤੇ ਦੇਖਣ ਵਾਲੀ ਚੀਜ਼ ਬਣੀ ਹੈ, ਹੁਣ ਥੋੜ੍ਹੀ ਗਰਮੀ ਕਰਕੇ ਨਾ ਮਜ਼ਾ ਜਿਹਾ ਨਹੀਂ ਆ ਰਿਹਾ ਜ਼ਿਆਦਾ ਨਾ, ਇਹ ਰੱਥ ਤਿਆਰ ਕੀਤੀ ਹੋਈ ਹੈ ਬੜੀ, ਸਾਹਮਣੇ ਬੈਠੇ ਨੇ ਭਗਵਾਨ ਕ੍ਰਿਸ਼ਨ ਬਣਾਏ ਹੋਏ ਨੇ, ਨਾਲ ਅਰਜਨ ਬੈਠਾ, ਅਤੇ ਬਾਕੀ ਸਰੋਵਰ ਬਹੁਤ ਵੱਡਾ, ਇਹ ਤੁਸੀਂ ਵੇਖ ਲਿਆ ਵੀ ਕਾਫੀ ਵੱਡਾ,
मेरे हिसाब से इतने लिखा तो वैसे होगा भी किन्ने किलियां दे विच आ की सौदा है तक तो लिखा नहीं पढ़न बोर्ड बाड़ है ना बहुत पब्लिक आ रही है शामा टाइम है ना तो सानू भी आ वीर लिया क्योंकि ये कुत्ता बंदा बहुत ज़्यादा घूम घाम इतें रहा तकरीबन जिथे किसी ने कहता आज तेरे मोटरसाइकिल ले जाने चल चल जाने आओ बंदा आ जाए सरोवर तो बहुत बड़ा बनाया पार्क पूर्क वधिया अरे रथ बनाई ना बड़ी वधिया बनाई आ दे चंगी चीज बनाई हुई है पुल बनाया पुल बनाने बाद बाकी अज शाम फोटोआं ते फोटोआं आ रही पब्लिक पागल होई आप वीडियो बनाई जाने आप वीडियो ना पागल किए इन्हों बस आही है होर है कोई ऑप्शन देखने वाला मूर्ति सी तो सरोवर तुम सारे ने देख रही है बरांडा बहुत बड़ा सरोवर आ कितने तक शुरू होंगे तो बाकी होर चीज़ कोई इतने देखने वाली होता तू पहला ढाबा रोटी बड़ी स्वाद बना पहला फोटो बेल तो अच तू पे करेगा बेल तो तेरे को पे कराने ना अज फिक्र ना कर तू ब्रह्म सरोवर का टूर हो रहा है तू अज लैके सू तू आया वीर कि नहीं वीर और यह आया और कौन आया ए भरावा फोटो पूरी नहीं यात्रा गई उत्थे भी नहीं पूरी होंगी इतने आया इतने भी नहीं पूरी होंगी हर पंजाबी ये जिथे आ गए गल क्यों कहता भी कनेडा अर्गा लगता है अमरीका क्यों नहीं कहता यार उत्तर डोंकी लगती ता करके तू भरावा चल जा मलेशिया मलूशिया अपने को वेख जड़िया गल तू ना कर यार तेन हर थ कनेडा लगती यार सारे बंदे कनेडा तुर गए इतने भैंज कद ही वसन देने इतने कद ही वसन दे भला कमाल हो गई यार इधर देखो इधर आ वेख ओ तो कुप वेद क्या बात है बाकी ना हम आप बहुत इंजॉय कर लिया फतेह करी इतनी है ना अगे बनावे भी लोग नैक्सट अगे जाके बनाते हैं फिर देखते हैं बाकी जो कुछ जगह मिली उन्होंने शूट करा फोटो फाटो करा ला मम्मी हूं के नहीं ब्रह्म सरोवर टूर हो रहा जी अज भी लोग आएगा ब्रह्म सरोवर का कुरक्षेत्र का आ देखो एक दा कुब बहुत वड्डा सरोवर है जी पिछे आवाज आ रही जी कथा जी हो रही है जी तुहानू समझ आई तो मैनू दस्सियो बच्चे करदे बने इंजॉय गर्मी भी बहुत ज्यादा है ते चलदा पैसे नाल पानी लो जी पैसे पूरा तो नहीं आपां घूम सकते बहुत वड्डा सरोवर है इस करके आपां इत्थे नेड़े नेड़े आप माड़ा मोटा बनाई जाने ठीक है नी तो हूँ कितने जाना है ओ हैलो भाई फतेह अपना काम गर्मी बड़ी लगती भी गर्मी बहुत लगती भी हूँ तो आप चलीए वापसी हूँ कि नहीं बाकी भी लोग देखोगे मौज करो सबसक्राइब करो जगह चैनल में ठीक है नी बाकी आ वेख लो इधर वेख लो यदाल ये तो गल ही ना करिए चंगा हाँ देखो जी क्या बात है जी चलिए जी अज आप ब्रह्म सरोवर दिखाया हूँ रज जाएगा अज कि नहीं पेट तेरा है नवे कपड़े पाए ने तो साढ़े कपड़े जड़े आई तो फिर टी शर्ट लोवर च आए हैं गर्मी ना सह कटी पे भा मारता लगे फोटो बई आप चले हाँ फ्री हो गए तो आ जाओ ठीक है हाँ ये तो मार थान देन लगे ने इधर देखो जी लेडी संगीत चल रहा है शायद तुम आवाज आती हो बेबे होरी लगिया ने इंजॉय कर दियाँ अपना पूरा भजन कर दियाँ शायद ना भजन कर दियाँ नाल ताड़ियाँ मार दियाँ पर बापू बैठे ने हो
ਸੋ ਜਾ ਭਰਾਵਾ ਤੂੰ ਵੀ ਸੋ ਜਾ ਛੱਡ ਦੇ ਜਾਣ ਮਾਰਦਾ ਲੱਗਾ ਗਰਮੀ 'ਚ ਆਹ ਪੂਰਾ ਬ੍ਰਿਜ ਜੀ ਪੂਰਾ ਲੰਬਾ ਹੈ ਉੱਥੇ ਤੱਕ ਅਕਰੋਸ ਗੇਟ ਆਉਂਦਾ ਤੈਨੂੰ ਠੀਕ ਹੈ ਜੀ ਜੀ ਕੋਸਟ ਲਿਖੀ ਲਿਖੀ ਹੋਈ ਹੈ ਵੀ ਕਿੰਨੇ 'ਚ ਤਿਆਰ ਹੋਇਆ ਸਾਰਾ ਪ੍ਰੋਜੈਕਟ 3831 lakh 3831 lakh ਇਹ ਨਹੀਂ ਪਤਾ ਹੁਣ ਕਿੰਨੇ ਸੌ ਬਣਦੇ ਆ ਇਹ ਕਿੰਨੇ ਖਾ ਕੇ ਕਿੰਨੇ ਲਾਤੇ ਨੇ 3831 lakh ਹੋਣਾ ਪਤਾ ਨਹੀਂ ਹਾਂ 3831 lakh ਰੁਪਈਆ ਲੱਗਾ ਹੋਣਾ ਇਹ ਸਾਰਾ ਪਾਰਕ ਪੂਰਕ ਦਾ ਤੇ ਆ ਜੋ ਰੱਥ ਵਗੈਰਾ ਜੋ ਬਣਾਈ ਸਾਰਾ ਕੁਛ ਬੜਾ ਮੈਂ ਕਿ ਹੈਵੀ ਪ੍ਰੋਜੈਕਟ ਰਿਹਾ ਕਿ ਨਹੀਂ ਬਹੁਤ ਮਹਿੰਗਾ ਜੀ ਬਹੁਤ ਜ਼ਿਆਦਾ ਮਹਿੰਗਾ ਬਾਕੀ ਸਾਰਾ ਥੋੜ੍ਹਾ ਲੱਗਾ ਹੋਣਾ ਮੇਰੇ ਵਰਗੇ 10 ਰੁਪਏ ਬੈਠੇ ਨੇ ਜਿਹਨਾਂ ਨੂੰ ਲੋੜ ਹੈ ਕਿ ਨਹੀਂ ਆਹ ਦੇਖੋ ਜੀ ਇਹ ਚੀਜ਼ ਬਹੁਤ ਪੁਰਾਣੀ ਹੈ ਦ੍ਰੋਪਦੀ ਅਤੇ ਔਰ ਪਾਂਡਵਾਂ ਦਾ ਕੂਪ ਇਹ ਗੁਪਤ ਦਾਨ ਕਰਨੇ ਸੇ ਤਹਿਰ ਗੁਣਾ ਫਲ ਮਿਲਤਾ ਹੈ ਆਹ ਦੇਖੋ ਜੀ ਬਹੁਤ ਪੁਰਾਤਨ ਹੈ ਕੂਪ ਮੇਸ ਨਾ ਖੂਹ ਨੂੰ ਕਹਿੰਦੇ ਆ ਨਾ ਹਿੰਦੀ 'ਚ ਨਹੀਂ 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 ਹਾਂ ਸਥਾਪਨਾ ਹਾਂ ਇਹ ਖੂਹ ਨੂੰ ਕੂਪ ਕਹਿ ਰਹੇ ਨੇ ਨਾ ਹਿੰਦੀ 'ਚ ਕੂਪ ਕਹਿ ਜਾਓ ਆਪਾਂ ਖੂਹ ਕਹਿ ਦਿੰਦੇ ਹਾਂ ਉਹਨਾਂ ਨਾਲ ਟਾਈਮ ਦਾ ਦ੍ਰੋਪਦੀ ਅਤੇ ਪਾਂਡਵ ਜਦੋਂ ਇੱਥੇ ਆਏ ਸਨ ਹੈਂ ਹਾਂ ਛੋਟੀ ਇੱਟ ਦਾ ਬਣਿਆ ਹੋਇਆ ਬਹੁਤ ਪੁਰਾਣੀ ਇੱਟ ਆ ਛੋਟੀ ਇੱਟ ਥੱਲੇ ਸਾਰੀ ਹਾਂ ਬਹੁਤ ਪੁਰਾਣੀ ਇੱਟ ਦਾ ਬਣਿਆ ਹੋਇਆ ਇਹ ਫਿਰ ਮਹਾਂਭਾਰਤ ਦੇ ਸਮੇਂ ਦੇ ਨਾ ਹਾਂ ਇਹ ਬੋਰਡ ਬਹੁਤ ਪੁਰਾਣਾ ਹੈ ਦੇਖਣ ਵਾਲੀਆਂ ਚੀਜ਼ਾਂ ਇੱਥੇ ਵੈਸੇ ਤਾਂ ਮੈਂ ਫਸਟ ਟਾਈਮ ਮੈਂ ਬੜਾ ਵਧੀਆ ਇੰਜੋਏ ਆ ਵੀ ਬਹੁਤ ਵਧੀਆ ਆਹ ਇਤਿਹਾਸ ਸਾਰਾ ਹੈ ਨਾ ਆਹ ਜਿਹੜੀ ਚੀਜ਼ ਆਪਾਂ ਮੇਰਾ ਧਿਆਨ ਹੀ ਹੁਣ ਪਿਆ ਪੇਂਟਿੰਗ ਕੀਤੀ ਹੋਈ ਤੇ ਸਾਰੀ ਇਹ ਮੋਰ ਬਣਾਇਆ ਹੋਇਆ ਹੈ ਨਾ ਆਹ ਦੇਖੋ ਸਾਰੀ ਸਾਰੀ ਪੇਂਟਿੰਗ ਹੈ ਰੋਡ ਦੇ ਉੱਤੇ ਕੀਤੀ ਹੋਈ ਬੜੀ ਬਹੁਤ ਵਧੀਆ ਬਣਾਇਆ ਜੀ ਇਹ ਪੇਂਟਿੰਗ ਹੈ ਨਾ ਬਹੁਤ ਵਧੀਆ ਪੇਂਟਿੰਗ ਬਣਾਈ ਤੋੜੋ ਤੋੜੇ ਹੁਣ ਗਰਮੀ ਹੋ ਗਈ ਹੁਣ ਅਸੀਂ ਚੱਲੇ ਹਾਂ ਦੇਖੋ ਹੁਣ ਅਸੀਂ ਵਾਪਸੀ ਉੱਥੇ ਜਿੱਥੋਂ ਸਟਾਰਟ ਕੀਤਾ ਸੀ ਉੱਥੇ ਹੀ ਆ ਗਏ ਹੁਣ ਐਂਟਰ 'ਚੋਂ ਇੱਥੋਂ ਐਂਟਰ ਹੋਏ ਸੀ ਤੋਂ ਆਊਟ ਹੋਵਾਂਗੇ ਹੁਣ ਅਤੇ ਕਦੇ ਵੀ ਆਏ ਦੇਖ ਕੇ ਜਾਓ ਬੜਾ ਵਧੀਆ ਲੇਕਿਨ ਆਏ ਫਰੀ ਟਾਈਮ ਜਦੋਂ ਕੋਈ ਮੇਲਾ ਵਗੈਰਾ ਜਾਂ ਕੋਈ ਪ੍ਰੋਗਰਾਮ ਵਗੈਰਾ ਨਾ ਆਵੇ ਜਿੱਦਾਂ ਹੁਣ ਫਰੀ ਟਾਈਮ ਹੈ ਸਾਰਾ ਖਾਲੀ ਪਿਆ ਅਤੇ ਬਾਕੀ ਰਾਊਂਡ ਜੇ ਮਾਰੀ ਰਾਊਂਡ 'ਤੇ ਆਪਾਂ ਨੂੰ ਸ਼ਾਮ ਤੱਕ ਨਹੀਂ ਵਜਣਾ ਆਪਣੇ ਕੋਲ ਇੱਥੇ ਰਾਤ ਪੈ ਜਾਣੀ ਆਹ ਮਾਤਾ ਸੁੱਟਣ ਦੀ ਮੱਛੀਆਂ ਨੂੰ ਕੁਛ ਪਰ ਗਲਤ ਹੈ ਅਤੇ ਨੱਚ ਲੈਣ ਦੇ ਹੈ ਚਲੋ ਜੀ ਅੱਗੇ ਮਿਲਦੇ ਹਾਂ ਫਿਰ ਪਾਣੀ ਸਾਈਡ 'ਤੇ ਫਿਰ ਪਾਣੀ ਨਾ ਆਹ ਦੇਖ ਬੋਤਲਾਂ ਵਗੈਰਾ ਸੁੱਟੀਆਂ ਲੋਕਾਂ ਪਾਉਂਦੇ ਨੇ ਲੋਕ ਖਾਣ ਨੂੰ ਮੱਛੀਆਂ ਦੇ ਇਹ ਬੱਤਕ ਹੈ ਨਾ ਬੁੱਢੀ ਹੋ ਗਈ ਹੈ ਜਵਾਨ ਕਰਦੇ ਨੇ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਵਧੀਆ ਹੈ ਘੁੰਮਣ ਨੂੰ ਬਹੁਤ ਵਧੀਆ ਅਤੇ ਸਾਫ਼ ਸੁਥਰਾ ਸਾਡੇ ਬੰਦਿਆਂ ਉਹੀ ਕੰਮ ਕੀਤਾ ਜਿੱਦਾਂ ਰਾਰਸੀ ਗੋਲ ਗੱਪੇ ਪਾਣੀਪੁਰੀ ਪਾਣੀਪੁਰੀ ਅੱਛਾ ਤੇ ਆਪਣਾ ਤੈਨੂੰ ਵੇਖ ਕੇ ਕੀ ਹੋ ਜਾਂਦਾ ਕੀ ਹੋਣ ਲੱਗ ਪੈਂਦੀ ਹੈ ਕਰੇਵਿੰਗ ਹੋਣ ਲੱਗ ਪੈਂਦੀ ਹੈ ਤੇ ਜਦੋਂ ਬੁਲਕਾ ਮਾਰਨਾ ਬਾਹਰ ਆ ਜਾਂਦਾ ਸਾਰਾ ਕੁਛ ਬਾਹਰ ਜਾਣ ਲੱਗ ਪੈਂਦੀ ਨਹੀਂ ਮੁੜਦੇ ਪਏ ਖਾਣ ਤੂੰ ਸਟਰੀਟ ਫੂਡ ਮਰਨਗੇ ਨਾਲ ਮੈਨੂੰ ਵੀ ਮਾਰਨਗੇ ਹੈਂ ਜਨਤਾ ਸਾਰੀ ਖਾਈ ਜਾਂਦੀ ਭਰਾਵਾ ਚਲੋ ਫਿਰ ਇੱਕ ਆਪਾਂ ਵੀ ਖਾ ਲੈਣੇ ਆ ਨਾਲ ਦੀ ਨਾਲ ਸਨੈਪਚੈਟ ਬਣੇਗੀ ਆ ਦੇਖੋ
ਜਿੰਨੇ ਪੈਸਾ ਨਹੀਂ ਦੇਣਾ ਹੁੰਦਾ ਉਹ ਸਭ ਨਾਲ ਪਹਿਲਾਂ ਖਾਂਦਾ ਹੁੰਦਾ ਇਹਦੇ ਨਾਲ ਸਾਡਾ ਲਵ ਯੂ ਹੈ ਮੁੰਡੇ ਨਾਲ ਤਾਂ ਆਪਾਂ ਕਰ ਲਈਦਾ ਕਿੱਦਾਂ ਬਾਬਾ ਜੀ ਠੀਕ ਹੈ ਠੀਕ ਹੈ ਠੀਕ ਹੈ ਲਾਉਣ ਖਾ ਕੇ ਜਾਵਾਂਗੇ ਇੱਥੋਂ ਆਪਾਂ ਬਾਈ ਤੋਂ ਗੋਲਗੱਪੇ ਜੀ ਤੇਰੇ ਜਿਹੜੇ ਗੋਲਗੱਪੇ ਨਾ ਹੱਤ ਇਹ ਬਾਈ ਵੀ ਹੈਲੋ ਆ ਗੇਟ ਸਾਹਮਣੇ ਖਾਂਦਾ ਕਿਹੜਾ ਇੱਕ ਨੰਬਰ ਗੇਟ ਕਿਹੜਾ ਭਾਜੀ ਹੈ ਮੇਨ ਗੇਟ ਬ੍ਰਹਮ ਸਰੋਵਰ ਦਾ ਇੱਥੇ ਆ ਕੇ ਰੁਕੋ ਬਾਈ ਦੇ ਗੋਲਗੱਪੇ ਬੜੇ ਟੇਸਟੀ ਬਾਈ ਮੈਂ ਪਹਿਲਾਂ ਕਹਿੰਦਾ ਸੀ ਨਹੀਂ ਖਾਣੇ ਪਰ ਜੇ ਇੱਕ ਖਾ ਲਿਆ ਨਾ ਹੁਣ ਨਾ ਨਹੀਂ ਹੋ ਰਹੀ ਨਜ਼ਾਰਾ ਨਜ਼ਾਰਾ ਬਾਈ ਜਦੋਂ ਆ ਕੇ ਨਾ ਕਿਆ ਬਾਤ ਹੈ ਕਿਆ ਬਾਤ ਹੈ ਤੇਰੀ ਹੁਣ ਆਪਾਂ ਐਡਵ ਕਰਤੀ ਠੀਕ ਹੈ ਵੀਰ ਆਪਣੇ ਸਬਸਕ੍ਰਾਈਬਰ ਬਹੁਤ ਜ਼ਿਆਦਾ ਨੇ ਹੁਣ ਦੇਸ਼ਾਂ ਵਿਦੇਸ਼ਾਂ 'ਚ ਫੈਲ ਜਾਣੀ ਖਬਰ ਦੱਸ ਦਾਂਗੇ ਤੈਨੂੰ ਚੈਨਲ ਹਾਂ ਠੀਕ ਹੈ ਭਾਈ ਭਾਈ ਜੀ ਘੁੰਮ ਤੇ ਅਸੀਂ ਆਏ ਹਾਂ ਗੋਲਗੱਪੇ ਵੀ ਖਾ ਆਏ ਹਾਂ ਬਿਲਕੁਲ ਪਰ ਜਿਹੜੀ ਗਰਮੀ ਸੀ ਨਾ ਹੁਣ ਗੱਡੀ 'ਚ ਬੈਠਣ ਇੰਜ ਹੋ ਰਿਹਾ ਨਾ ਆਹ ਹਾ ਹਾ ਗਰਮੀ ਵਾਲੇ ਤੇ ਵੱਟ ਕੱਢੇ ਪਏ ਨੇ ਭਾਈ ਵੱਟ ਕੱਢੇ ਪਿਆ ਭਾਈ ਗਰਮੀ ਵਾਲੇ ਤੇ ਚਾਲੇ ਵਾਪਸੀ ਦੇ ਬਾਕੀ ਦਾ ਵਲੋਗ ਤੁਹਾਨੂੰ ਫਿਰ ਭੇਵੇ ਜਾ ਕੇ ਆਪਾਂ ਕਰਾਂਗੇ ਸ਼ੂਟ ਤੇ ਬਾਕੀ ਕਿੱਦਾਂ ਰਿਹਾ ਐਕਸਪੀਰੀਅੰਸ ਫਿਰ ਬ੍ਰਹਮ ਸਫ਼ਰ ਦਾ ਤੂੰ ਵੀ ਪਹਿਲੀ ਵਾਰੀ ਦੇਖਿਆ ਮੈਨੂੰ ਤੇ ਬੜਾ ਵਧੀਆ ਲੱਗਾ ਬੜਾ ਵਧੀਆ ਸਾਸ ਭਾਈ ਵਧੀਆ ਯਾਰ ਹਾਂ ਕੁਰਸ਼ੇਤਰ ਦੇ ਵਿੱਚ ਪਨੋਰਮਾ ਇਹਦੇ ਉੱਤੇ ਵੀ ਟੂਰ ਕਰਾਂਗੇ ਕਦੀ ਟਾਈਮ ਲੱਗਾ ਫਿਰ ਆਵਾਂਗੇ ਕਦੀ ਵੈਸੇ ਹੁਣ ਤਾਂ ਸਾਡਾ ਪਲਾਨ ਨਹੀਂ ਸੀ ਕੋਈ ਵੀ ਹੈਗਾ ਇੱਥੇ ਆਉਣ ਦਾ ਅਚਾਨਕ ਹੀ ਮਤਲਬ ਕਿ ਬਣ ਗਿਆ ਅਚਾਨਕ ਅਤੇ ਕੋਈ ਕੰਮ ਵਾਸਤੇ ਆਏ ਸੀ ਅਤੇ ਬਾਈਕਾਂ ਦੇ ਬ੍ਰਹਮ ਸਰੋਵਰ ਚੱਲੀ ਸ਼ਾਮਾਂ ਦਾ ਟਾਈਮ ਸੀ ਅਤੇ ਫਿਰ ਜਾ ਵੜੇ ਆਪਾਂ ਪੰਜਾਬੀ ਤੁਹਾਨੂੰ ਪਤਾ ਸਰ ਜਿਹੜੇ ਮੈਕਸੀਕੋ ਲੰਘ ਗਏ ਨੇ ਉਹਨਾਂ ਨੂੰ ਬ੍ਰਹਮ ਸਰੋਵਰ ਕਿੰਨਾ ਕੁ ਦੂਰ ਜਿਹੜੇ ਕੰਧਾਂ ਹੀ ਟੱਪ ਗਏ ਠੀਕ ਹੈ ਬੜਾ ਬੜਾ ਘੈਂਟ ਰਿਹਾ ਬਾਕੀ ਆ ਕੁਰਸ਼ੇਤਰ ਤੇ ਭੇਵੇ ਦੇ ਐਮ ਐਲ ਏ ਜਿੰਨੇ ਸਾਰੇ ਨੇ ਨਾ ਸਾਰੇ ਡੁੱਬ ਕੇ ਮਰ ਜਾਓ ਸਾਡੀ ਸਾਰੀ ਉਮਰ ਰੋਡ ਹੀ ਨਹੀਂ ਬਣਿਆ ਠੀਕ ਹੈ ਨੀ ਇਹਨਾਂ ਦਾ ਹਾਲ ਬੁਰਾ ਜੀ ਪਰ ਰੋਡ ਦਾ ਤੇ ਬਹੁਤ ਹਾਲ ਬੁਰਾ ਹੈ ਇਹ ਪੁਲ ਵੀ ਮੇਰੇ ਸਾਹਮਣੇ ਗੋਰਿਆਂ ਦੇ ਟਾਈਮ ਦਾ ਭਾਜੀ ਹਾਂਜੀ ਭਾਜੀ ਆਹੀ ਭਾਜੀ ਆਹੀ ਹਾਂ ਇਹੀ ਠੀਕ ਹੈ ਮਰਾ ਆਪਾਂ ਅੱਗੇ ਆ ਨਹਿਰਾਂ ਜੇ ਬਾਕੀ ਪਰ ਤੈਨੂੰ ਕਿੱਦਾਂ ਲੱਗਾ ਫ੍ਰੀ ਦੇ ਗੋਲਗੱਪੇ ਖਾ ਕੇ ਤੈਨੂੰ ਕਿੱਦਾਂ ਲੱਗਾ ਓਏ ਪੈਸੇ ਮੈਂ ਦਿੱਤੇ ਸਾਰਾ ਕੁਛ ਮੈਂ ਕੀਤਾ ਫ੍ਰੀ ਦੇ ਮੇਰੇ ਤੇ ਜਿੰਨਿਆਂ ਨੇ ਵੀ ਵੇਖਣੀ ਨਾ ਸਾਰਿਆਂ ਨੂੰ ਤੇਰੇ ਤੇ ਪੂਰਨ ਭਰੋਸਾ ਹੈ ਜਿਵੇਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੈ ਨਾ ਇਵੇਂ ਤੇਰੇ ਤੇ ਸਾਰਿਆਂ ਨੂੰ ਭਰੋਸਾ ਹੈ ਸਹੀ ਹੈ ਵੀ ਤੂੰ ਕਿੰਨੇ ਕੁ ਪੈਸੇ ਪੇ ਕੀਤੇ ਨੇ ਕਿੰਨੇ ਕੁ ਦੇ ਕੇ ਠੀਕ ਹੈ ਗੋਲਗੱਪੇ ਖਾ ਗਿਆ ਭਰਾਵਾ ਕਹਿੰਦਾ ਨਾਨ ਖਾਣੇ ਨੇ ਇਹ ਜੁੱਤੀ ਬੜੀ ਫਿਰ ਇਹ ਜੁੱਤੀ ਨਾ ਪਾਇਆ ਘੜੀ ਮੈਂ ਉੱਧਰ ਬਹਿ ਭੇਵੇ ਖਾਵਾਂਗੇ ਚੱਲ ਬਸ ਕਰੋ ਕਿੰਨੇ ਬਹੁਤ ਖਾਲੇ ਨੇ ਬਹੁਤ ਖਾਲੇ ਢੇਡੀ ਨੀ ਬੰਦਾ ਪੁੱਤਰ ਕੁਲਦੀਪ ਸਿੰਘ ਇਹਨੇ ਦੇਣਾ ਠੀਕ ਹੈ ਜੀ ਪੈਸਾ ਖੁੱਲਾ ਕੋਈ ਦਿੱਕਤ ਨੀ ਹੈਗੀ ਤੇ ਬਾਕੀ ਬੜਾ ਵਧੀਆ ਘੁੰਮ ਫਿਰ ਕੇ ਆਏ ਬੜਾ ਇੰਜੋਏ ਕੀਤਾ ਹੁਣ ਭੇਵੇ ਜਾ ਕੇ ਤੁਹਾਨੂੰ ਦਿਖਾਵਾਂਗੇ ਭੇਵਾ ਠੀਕ ਹੈ ਤੇ ਆਹ ਆ ਗਿਆ ਉਹੀ ਰੋਡ ਜਿੱਥੇ ਆਪਾਂ ਲੰਘ ਕੇ ਗਏ ਸੀ ਇਹ ਬਹੁਤ ਵੱਡਾ ਰੋਡ ਬਣ ਰਿਹਾ ਜੀ ਇਹਦੀ ਤੁਹਾਨੂੰ ਨੋਲਜ ਦੇ ਦਈਏ ਦਿੱਲੀ ਤੋਂ ਜੰਮੂ ਕਟੜਾ ਬਣ ਰਿਹਾ ਇਹ ਜੰਮੂ ਤੱਕ ਜਾਏਗਾ ਰੋਡ ਮਤਲਬ ਕਿ ਬਹੁਤ ਵਧੀਆ ਕਹਿੰਦੇ ਰੋਡ ਬਣ ਰਿਹਾ ਬੜਾ ਵੱਡਾ ਪ੍ਰੋਜੈਕਟ ਹੈ ਅਤੇ ਵੈਸੇ ਇੱਕ ਇਸ ਤੋਂ 2-4 ਕਿਲੋਮੀਟਰ ਅੱਗੇ ਅੰਬਾਲਾ ਚੰਡੀਗੜ੍ਹ ਰੋਡ ਵੱਡਾ ਜਾ ਰਿਹਾ ਇਹ ਕਿਸ ਵੇ ਹਿਸਾਬ ਨਾਲ ਬਣਾ ਤਾ ਇਕੱਠਾ ਹੀ ਕੋਈ ਪਸੰਦ ਨਹੀਂ ਆਈ
ਜਿਹੜੀ ਸਿਕਸ ਵੀਲ ਖੜੀ ਹੈ ਇਹ ਸੁਰਜੀਤ ਦੀ ਹੈ। ਸੁਰਜੀਤ ਆਹ ਦੇਖ ਲਈ ਭਾਈ ਫਿਰਨਾ ਕੀ, ਬਾਬੇ ਨੇ ਦਿਖਾਇਆ ਕੁਛ ਨਹੀਂ ਇੰਡੀਆ 'ਚ ਆ ਕੇ, ਆਹ ਦੇਖ ਲੈ ਅਤੇ ਲੋਗੋ ਵੀ ਸ਼ਾਇਦ ਤੇਰੀ ਕੰਪਨੀ ਦਾ ਹੀ ਦੇਖੀ, ਲੋਗੋ ਵੀ ਤੇਰੀ ਕੰਪਨੀ ਦਾ ਲੱਗਦਾ ਸੈਵਨ ਬਿੰਦਰ ਵੇਸ ਦਾ। ਅਤੇ ਬਾਕੀ ਭਰਾਵਾ ਇਹ ਰੋਡ ਬਣਦਾ ਵਿਆ, ਸਿਰਫ ਹਾਈਵੇ ਵਾਲਾ ਬਣਾ ਰਿਹਾ, ਇਹਨੂੰ ਨਹੀਂ ਬਣਾ ਰਿਹਾ ਕੁਰਕਸ਼ੇਤਰ ਤੂੰ ਭੇਵਾ ਰਿਹਾ ਇਹ। ਅਤੇ ਬਸ ਹੁਣ ਕੀ ਤੁਹਾਨੂੰ ਦੱਸੀਏ ਕੀ ਕੀ ਮਜਬੂਰੀਆਂ ਨੇ। ਆ ਸੁਰਜੀਤ ਤੇਰੀ ਵਰਦੀ ਪਾ ਲਈ ਨੇ ਓਏ, ਸੇਮ ਲਾਈਕ ਉਹੀ ਵਰਦੀ ਹੈ। ਅਤੇ ਬਾਕੀ ਆਹ ਰੂਮ ਦੇਖ ਲੈ, ਜਿਹੜੇ ਰੂਮਾਂ 'ਚ ਤੂੰ ਰਹਿੰਦਾ ਰਿਹਾ, ਅੱਜ ਤੂੰ ਪੁਰਤਗਾਲ ਵਾਲਾ ਹੋ ਗਿਆ, ਹੁਣ ਤੂੰ ਸੁਣਦੇ ਨਹੀਂ ਸਾਡੀ, ਆਹ ਵੇਖ ਲੈ। ਅਤੇ ਆਪਣਾ ਮਿੱਤਰ ਹੈ ਜੀ, ਉਹਨੂੰ ਆਪਾਂ ਤਵਾ ਲਾਉਂਦੇ ਪਏ ਸਹੀ ਕਿ ਨਹੀਂ, ਅਤੇ ਵੇਖੇਗਾ ਮਿੱਤਰ ਵਲੋਗ ਆਪਣਾ। ਇਹ ਬਾਈ ਬੜੀ ਜਿੱਦ ਕਰਦਾ ਪਿਆ, ਇਹ ਕਹਿੰਦਾ ਮੇਰਾ ਲਾਇਸੈਂਸ ਬਣਵਾ, ਕਿੱਥੇ ਦਾ ਬਣਾ, ਜਿੱਥੇ ਦਾ ਮੈਂ ਕਹਿੰਦਾ ਪਿਆ ਨਾਮ ਨਾ ਲਈ, ਤੇ ਇਹ ਕਹਿੰਦਾ ਮੈਂ ਲਾਇਸੈਂਸ ਬਣਾਉਣਾ, ਤੇ ਮੈਂ ਇਹਨੂੰ ਕਹਿੰਦਾ ਪਿਆ ਟਲ ਜਾ ਟਲ ਜਾ ਟਲ ਜਾ, ਕਿਉਂ ਤੇਰਾ ਟਾਈਮ ਮਾੜਾ ਚੱਲ ਪਿਆ, ਇੱਥੇ ਕਿਹੜਾ ਚੰਗਾ ਚੱਲ ਲੈਂਦਾ, ਉਹਦਾ ਤੇ ਪਤਾ ਨਾ ਬਾਈ ਦਾ, ਉਹ ਤਾਂ ਜਾ ਰਿਹਾ ਇਹ ਕੰਮ ਸਿੱਖਣ ਦੇ ਇੱਕ ਦਿਨ, ਤੁਹਾਨੂੰ ਗੱਲ ਦੱਸੀਏ ਕੰਮ ਸਿੱਖ ਰਿਹਾ ਤੇ ਲੱਕੜਾ ਚੀਲਿਆ ਐਵੇਂ ਆ ਰਹੇ ਜਾਂਦਾ ਹੈ, ਤੇ ਅਸੀਂ ਉੱਤੋਂ ਬਣ ਲਿਆ ਜਾ ਕੇ ਅਸੀਂ, ਅੱਛਾ ਤੂੰ ਜਾਵੇਂ ਮੈਂ ਇੰਗਲੈਂਡ ਮੱਲੇ, ਤੇਰੇ ਟੂਣਾ ਕਰਾਂਗੇ ਇਹੋ ਜਿਹਾ ਦਰਵਾਜ਼ੇ ਬਣਾਉਣ ਲੱਗ ਗਿਆ, ਟੂਣਾ ਕਰਾਂਗੇ ਇਹੋ ਜਿਹਾ, ਤੈਨੂੰ ਮਲੇਸ਼ੀਆ ਨਹੀਂ ਜਾਣ ਦੇਣਾ ਜੀ, ਵਲੋਗ ਕਰਿਆ ਕਰਾਂਗੇ ਮੇਰੇ ਨਾਲ, ਆਪਾਂ ਐਕਸਪਲੋਰ ਕਰਨਾ ਪੂਰਾ ਇੰਡੀਆ, ਠੀਕ ਹੈ ਲੋ ਜੀ ਆ ਗਏ ਆਪਾਂ ਗੰਡਾਸਾ ਚੌਂਕ ਚ, ਗੰਡਾਸਾ ਚੌਂਕ ਜੀ ਗੰਡਾਸਾ ਚੌਂਕ ਚ ਆ ਗਏ ਆਪਾਂ, ਰੋਟੀ ਨੀ ਖਾਧੀ ਚਾਰ ਦਿਨ ਹੋ ਗਏ ਨੇ, ਕਮਾਲ ਹੋ ਗਈ, ਲਓ ਜੀ ਸ਼ਾਂਤੀ ਹੋ ਗਈ ਹੁਣ ਭੇਵੇ ਚ ਵੀ, ਆਹਾ ਆਪਾਂ ਹੁਣ ਪਹਿਲਾਂ ਨਾ ਤੇਲ ਪਾਈਏ, ਲਓ ਮਹਾਰਾਜ ਤੁਸੀਂ ਜਾਓ ਪਹਿਲਾਂ, ਤੁਸੀਂ ਜਾਓ ਪਹਿਲਾਂ ਮਹਾਰਾਜ, ਆਵੇ ਆਵੇ ਕਾਲੇ ਬੜੇ ਪਿੱਛੇ ਮੇਰੇ। ਅਤੇ ਬਾਕੀ ਜੀ ਅੱਗੇ ਫਿਰ ਕਿੱਧਰ ਜਾਣਾ ਦੱਸੋ ਹੁਣ ਵੀ, ਕਿੱਧਰ ਦਾ ਪ੍ਰੋਗਰਾਮ ਤੁਹਾਡਾ, ਲੰਗਰ ਲੰਗਰ ਖਲੋ ਜਾ, ਤੈਨੂੰ ਬੋਲੀ ਸਾਹਿਬ ਲਿਜਾਂਦੇ ਹਾਂ, ਕੋਈ ਗੱਲ ਨਹੀਂ। ਲਓ ਜੀ ਆਪਾਂ ਆ ਗਏ ਗੁਰੂ ਘਰ, ਕਹਿੰਦੇ ਮੱਥਾ ਟੇਕੀਏ ਗੁਰੂ ਘਰ, ਮੈਂ ਕਿਹਾ ਚਲੋ ਭਾਈ ਗੁਰਦੁਆਰਾ ਬੋਲੀ ਸਾਹਿਬ, ਅਤੇ ਨਾਮ ਜਪਿਆ ਜਾ ਰਿਹਾ ਜੀ, ਇਹ ਪਾਲਕੀ ਸਾਹਿਬ ਦੀ ਗੱਡੀ ਹੈ ਜੀ, ਇਹਦੇ 'ਚ ਮਾਰਾ ਦਾ ਪ੍ਰਕਾਸ਼ ਜਿਵੇਂ ਸ਼ਹਿਰ ਦੇ ਵਿੱਚ ਲਿਜਾਣਾ ਹੋਵੇ ਇਹਦੇ 'ਚ ਲੈ ਕੇ ਜਾਂਦੇ ਆ, ਇੱਥੇ ਲੋਕਲ ਸਾਡੇ ਭੇਵੇ 'ਚ ਸਪੈਸ਼ਲ ਵੈਨ ਬਣਾਈ ਹੈ ਮਾਰਾ ਦੀ ਪਾਲਕੀ। ਭਾਈ ਸਾਹਿਬ ਅਸੀਂ ਮੱਥਾ ਟੇਕਣਾ, ਉਹਨੂੰ ਲੰਗਰ ਨਹੀਂ ਛਕਣ ਦੇਣਾ, ਇੱਕ ਟਾਈਮ ਲੰਗਰ ਦਾ 6 ਵਜੇ ਸ਼ਾਮ ਦੇ 7 ਵਜੇ ਹੁਣ, ਹਾਂ ਬਾਕੀ ਸੰਗਤ ਬਹੁਤ ਜ਼ਿਆਦਾ, ਬੰਦ ਹੋ ਜਾ ਕਿੱਦਾਂ ਹੋਣਾ ਬੰਦ ਜੀ, ਹਾਂਜੀ ਸਾਰੇ 25 ਕਿੱਲੇ ਹੋਣੇ ਸੀ ਉਹਨੇ, ਕੀ ਗੱਲ ਸਾਰੇ ਗੁਰੂ ਘਰ 25 ਕਿੱਲੇ 'ਚ ਬਣਾਉਣੇ, ਤੂੰ ਕਮਾਲ ਹੋ ਗਈ ਤੇਰੀ ਤਾਂ ਯਾਰ,
संगत आई हुई जी बड़ी, शाम का टाइम है फिर लोग। परिक्रमा करनी है कि नहीं? लो जी घर ही मत्था टेकया गया तो अज आप बड़ा वधिया होया काम सही है गलत लो जी इन्हां दी फोटो हो गई स्टार्ट क्यों सैड हो गया हां जी इत्थों मेरे नाल लाटा भी जांदे ना सारे ने लाटा भी
ਇੱਧਰ ਵੀਰੇ ਅਸੀਂ ਘੁੰਮਦੇ ਰਹੇ ਹਾਂ ਪਰ ਕਈ ਢਿੱਡੋਂ ਗਾਲਾਂ ਵੀ ਦੇਈ ਜਾਂਦੇ ਨੇ ਜਿਨ੍ਹਾਂ ਨੂੰ ਨਾਲ ਨਹੀਂ ਮਿਲਦੇ ਵੀ ਖਾਣ ਨੂੰ ਹਾਂ ਵੀ ਬਾਬਾ ਸੁਣ ਲੈ ਕਿੱਥੇ ਗਿਆ ਹੋਵੇ ਹੋਵੇ ਇਹਨੂੰ ਤੇ ਭਰਾਵਾ 6 ਵਜੇ ਦੀ ਭੁੱਖ ਲੱਗੀ ਤੇ ਮੈਂ ਸ਼ਾਮ ਦੇ 6 ਵਜੇ ਦੀ ਗੋਲ ਗੱਪੇ ਗੋਲੀ ਵਾਲਾ ਬੱਤਾ ਇੱਕ ਰਾਹ 'ਚ ਬਣੀ ਕੀ ਪੀਂਦਾ ਆਉਂਦੇ ਆ ਜੀ ਅਤੇ ਹੁਣ ਗੁਰੂ ਘਰ ਆਇਆ ਤਾਂ ਇੱਧਰ ਨਾ ਵੜ ਜਾਈਆਂ ਵੇ ਲੰਗਰ ਵਾਲ ਇੱਧਰ ਹੀ ਬਾਬੇ ਡਾਂਗ ਰੱਖੀ ਹੱਥ 'ਚ ਗੁਤਕਾ ਹੈਲੋ ਉਹ ਦੱਸ ਨਾਨ ਮੰਗਦਾ ਪਿਆ ਇਹਨੂੰ ਦਿੰਦੇ ਹਾਂ ਨਾਨ ਕੋਈ ਗੱਲ ਨਹੀਂ ਵੀਰ ਤੈਨੂੰ ਖਵਾਉਂਦੇ ਹਾਂ ਨਾਨ ਵੀ ਕਿ ਨਹੀਂ ਭਾ ਕਰਦੇ ਹਾਂ ਤੇਰੀ ਇੱਛਾ ਪੂਰੀ ਬਾਕੀ ਹੁਣ ਆਪਾਂ ਗੁਰੂ ਘਰ ਮੱਥਾ ਟੇਕ ਕੇ ਹੁਣ ਬਾਹਰ ਨਿਕਲ ਚੱਲ ਗਏ ਹਾਂ ਅਤੇ ਪਰਿਕਰਮਾ ਹੋ ਗਈਆਂ ਸਰੋਵਰ ਦੀਆਂ ਅਤੇ ਸਾਡੇ ਬੋਲੀ ਸਾਹਿਬ ਵੀ ਆਇਓ ਕਦੀ ਜੀ ਭੇ ਵੇਖੋ ਬਾਈ ਘਰ ਆ ਗਏ ਜੀ ਹੁਣ ਲਓ ਜੀ ਭੁੱਖ ਮਿਟਾ ਰਿਹਾ ਪਾਣੀ ਪੀ ਪੀ ਕੇ ਲਓ ਜੀ ਖਾਈਏ ਟੈਂਕੀ ਹੋ ਗਈ ਸਾਡੀ ਦੇ ਗਈ ਜਵਾਬ ਅਤੇ ਆਪਾਂ ਪਾਈਏ ਤੇਲ 30-40 ਕਿਲੋਮੀਟਰ ਗੱਡੀ ਚੱਲ ਆਈਏ ਅਤੇ ਆਪਾਂ ਫਿਰ ਜਾ ਵੜੀ ਹੁਣ ਪੰਪ 'ਤੇ ਇਹ ਨਾ ਹੋਵੇ ਫਿਰ ਰਾਹ 'ਚ ਹੀ ਖਲੋਤੇ ਰਹੀਏ ਅਤੇ ਆਪਾਂ ਲਾ ਕੇ ਇੰਡੀਕੇਟਰ ਜਾ ਵੜਿਆ ਪੰਪ 'ਤੇ ਠੀਕ ਹੈ ਜੀ ਅਤੇ ਇੱਕ ਮਿੰਟ ਬਾਈ ਜੀ ਇੱਕ ਮਿੰਟ ਆ ਲੈ ਹੋ ਗਿਆ ਓਪਨ ਬਾਜੀ ਕਿੰਨਾ 500 ਚ ਭਾਜੀ ਹਿੱਸਾ ਵਾਲੋ ਮੇਰਾ ਨਹੀਂ ਨਹੀਂ ਰੁਕ ਜਾ ਰੁਕ ਜਾ ਜ਼ਿਆਦਾ ਕਰੀ ਮੈਂ ਕਿਹਾ ਹਿੱਸਾ ਨਹੀਂ ਪੈਂਦਾ 500 ਚ ਅਤੇ ਵੀਰੇ ਤੂੰ ਪਾ ਦੇ ਯਾਰ 1050 ਦਾ ਪਾ ਦੇ ਯਾਰ ਬਾਈ ਜੀ ਤੇਲ ਪਾਉਣਾ ਅਤੇ ਆਪਣੀ ਗੱਡੀ ਬੰਦ ਕਰਕੇ ਪਾਓ ਪੈਟਰੋਲ ਖਾਸ ਕਰਕੇ ਚਾਹੇ ਡੀਜ਼ਲ ਵੀ ਹੈ ਅਤੇ ਇੱਧਰ ਜੀ ਆਪਣੇ ਹਰਿਆਣੇ 'ਚ ਵੀ 100 ਤੱਕ ਪਹੁੰਚਣ ਵਾਲੀ ਕਹਾਣੀ ਹੈ ਕਿੰਨਾ ਵਜਿਆ ਭਾਅ ਜੀ ਹੁਣ ਰੋਜ਼ 30-35 ਪੈਸੇ ਵੜਦਾ ਹੈ ਤੁਹਾਡਾ ਭਲਾ ਕੋਈ ਨਹੀਂ ਪੁੱਛਣ ਵਾਲਾ ਕੋਈ ਨਹੀਂ ਕਹਿਣ ਵਾਲਾ ਹੈ ਔਖਾ ਫਿਰ ਠੀਕ ਹੈ ਠੀਕ ਹੈ ਆਪਾਂ ਹੁਣ ਆਪਣੀ ਗੱਡੀ ਧਵਾਲੀ ਕਰਾਂ ਦੀ ਭਾਜੀ ਕਰੀ ਜਾਂਦੇ ਬੇੜਾ ਗਰਕ ਡੇਲੀ ਇੱਧਰ ਕਿਸਾਨ ਵੀਰ ਹਾਂਜੀ ਮੈਂ ਲੱਗਾ ਸੀ ਵਲੋਗ ਬਣਾਉਣ ਮੈਂ ਕਿਹਾ 100 ਰੁਪਇਆ ਹੋਣ ਵਾਲਾ ਆਪਣੇ ਵੀ ਹੁਣ ਮੈਂ ਕਹਿੰਦਾ 30-40 ਪੈਸੇ ਡੇਲੀ ਵੱਧਦਾ ਡੇਲੀ ਉਹਦੇ 'ਤੇ ਗੱਲ ਕਰਦੇ ਪਏ ਸੀ ਵੈਸੇ ਨਹੀਂ ਮੈਂ ਵੀਡੀਓ ਬਣਾ ਰਿਹਾ ਠੀਕ ਹੈ ਬਾਈ ਜੀ ਤੇਲ ਪਾਉਣਾ ਅਤੇ ਆਪਣੀ ਗੱਡੀ ਬੰਦ ਕਰਕੇ ਪਾਓ ਪੈਟਰੋਲ ਖਾਸ ਕਰਕੇ ਚਾਹੇ ਡੀਜ਼ਲ ਵੀ ਹੈ ਅਤੇ ਇੱਧਰ ਜੀ ਆਪਣੇ ਹਰਿਆਣੇ 'ਚ ਵੀ 100 ਤੱਕ ਪਹੁੰਚਣ ਵਾਲੀ ਕਹਾਣੀ ਹੈ ਕਿੰਨਾ ਵਜਿਆ ਭਾਅ ਜੀ ਹੁਣ ਰੋਜ਼ 30-35 ਪੈਸੇ ਵੜਦਾ ਹੈ ਤੁਹਾਡਾ ਭਲਾ ਕੋਈ ਨਹੀਂ ਪੁੱਛਣ ਵਾਲਾ ਕੋਈ ਨਹੀਂ ਕਹਿਣ ਵਾਲਾ ਹੈ ਔਖਾ ਫਿਰ ਠੀਕ ਹੈ ਠੀਕ ਹੈ ਆਪਾਂ ਹੁਣ ਆਪਣੀ ਗੱਡੀ ਧਵਾਲੀ ਕਰਾਂ ਦੀ ਭਾਜੀ ਕਰੀ ਜਾਂਦੇ ਬੇੜਾ ਗਰਕ ਡੇਲੀ ਇੱਧਰ ਕਿਸਾਨ ਵੀਰ ਹਾਂਜੀ ਮੈਂ ਲੱਗਾ ਸੀ ਵਲੋਗ ਬਣਾਉਣ ਮੈਂ ਕਿਹਾ 100 ਰੁਪਇਆ ਹੋਣ ਵਾਲਾ ਆਪਣੇ ਵੀ ਹੁਣ ਮੈਂ ਕਹਿੰਦਾ 30-40 ਪੈਸੇ ਡੇਲੀ ਵੱਧਦਾ ਡੇਲੀ ਉਹਦੇ 'ਤੇ ਗੱਲ ਕਰਦੇ ਪਏ ਸੀ ਵੈਸੇ ਨਹੀਂ ਮੈਂ ਵੀਡੀਓ ਬਣਾ ਰਿਹਾ ਠੀਕ ਹੈ
लो जी भरावो पहुंच गए घरे, पर लाली शर्म मोदी कुत्ते ने 35-40 पैसे एक दो दिन छड के डेली वधा पेट्रोल डीजल पेट्रोल हद मकाती बंदियां हद कमाल करके सुटती बई। ओहो चलो जी इत्थे कड़ा कोई पुछन वाला है कोई कहन वाला है भाई इन्ना रेट कादे लई वधाई जाना की करिए फोना ते पैना ही है कम ते चलन गई औखे सौखे हो गए। तो जी गड्डी आपां ला दी हुण गैरेज कर दी पार्किंग गेट अपना खुला ते फिर तुहानू आपां किसी अगले व्लॉग च मिलांगे। ये हुण साडा व्लॉग मेरे सना घंटे दा हो गया ये अज आपां अपलोड कर दांगे बाकी यात्रा दे व्लॉग भी आ रहे ने वह भी बनाए पे ने अपलोड ही करने बस वह भी थोड़ा समा पा के करा। लो जी भरावो पहुँच गए घरे, पर लाली शर्म मोदी कुत्ते ने 35-40 पैसे एक दो दिन छड के डेली वधा पेट्रोल डीजल पेट्रोल हद मकाती बंदियां हद कमाल करके सुटती बई। ओहो चलो जी इत्थे कड़ा कोई पुछन वाला है कोई कहन वाला है भाई इन्ना रेट कादे लई वधाई जाना की करिए फोना ते पैना ही है कम ते चलन गई औखे सौखे हो गए। तो जी गड्डी आपां ला दी हुण गैरेज कर दी पार्किंग गेट अपना खुला ते तुहानू आपां किसी अगले व्लॉग च मिलांगे। ये हुण साडा व्लॉग मेरे सना घंटे दा हो गया ये अज आपां अपलोड कर दांगे बाकी यात्रा दे व्लॉग भी आ रहे ने वह भी बनाए पे ने अपलोड ही करने बस वह भी थोड़ा समा पा के करा। इधर साडी वाह जी वाह ओ लो जी जंग वेखो जंद जंदे इधर तीन बंदे इधर इधर तो फौज पूरी के ना भाई तू मुड़ जा वापस ओए ओ कुट खाएगा जा मुड़ जा मुड़ जा क्यों कुट खानी तू देखू चल जा अपने घर जा टाइम बड़ा हो गया ठीक है मुड़ गया आखे लग गया सियाना कुत्ता जा वाग पेना मेरा हूँ जी आप लगे घर पानी चल रहा तो पहला करा इनान पानी गर्मी ना पे ने कपड़े भेजे फोटो भी होगी काली फोटो भी नहीं आ रही हूँ आई जी ठीक है जी आप मिलेंगे। की कहना है बीबी ने खेलना तो पैं कि जाना है चल वे शरगुन अपने डैडी मिलती भी है आवे मैं कड़ा तू किन्ने दिन बाद आया मैं चलो 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 चंगा जी मिलेंगे किसी फिर ब्लॉक च आवे शरगुन ही कर दी भी कोकला कोकला थैंक यू सरगुन थैंक यू तू कह फिलहाल मिलेंगे आप फिर किसी अगले व्लॉग च कह दे ठीक है ठीक है ओके जी सत श्री अकाल सारे ठीक है लो जी भरावो पहुँच गए घरे, पर लाली शर्म मोदी कुत्ते ने 35-40 पैसे एक दो दिन छड के डेली वधा पेट्रोल डीजल पेट्रोल हद मकाती बंदियां हद कमाल करके सुटती बई। ओहो चलो जी इत्थे कड़ा कोई पुछन वाला है कोई कहन वाला है भाई इन्ना रेट कादे लई वधाई जाना की करिए फोना ते पैना ही है कम ते चलन गई औखे सौखे हो गए। तो जी गड्डी आपां ला दी हुण गैरेज कर दी पार्किंग गेट अपना खुला ते फिर तुहानू आपां किसी अगले व्लॉग च मिलांगे। ये हुण साडा व्लॉग मेरे सना घंटे दा हो गया ये अज आपां अपलोड कर दांगे बाकी यात्रा दे व्लॉग भी आ रहे ने वह भी बनाए पे ने अपलोड ही करने बस वह भी थोड़ा समा पा के करा।
ਇੱਧਰ ਸਾਡੀ ਵਾਹ ਜੀ ਵਾਹ ਲੋ ਜੀ ਜੰਗ ਵੇਖੋ ਜਾਂਦੇ ਜਾਂਦੇ ਇੱਧਰ ਤਿੰਨ ਬੰਦੇ ਇੱਧਰ ਇੱਧਰ ਤਾਂ ਫੌਜ ਪੂਰੀ ਗਏ ਨਾ ਭਾਈ ਤੂੰ ਮੁੜ ਜਾ ਵਾਪਸ ਓਏ ਉਹ ਕੁੱਟ ਖਾਏਗਾ ਜਾ ਮੁੜ ਜਾ ਮੁੜ ਜਾ ਕਿਉਂ ਕੁੱਟ ਖਾਣੀ ਤੂੰ ਦੇਖੂ ਚੱਲ ਜਾ ਆਪਣੇ ਘਰ ਜਾ ਟਾਈਮ ਬੜਾ ਹੋ ਗਿਆ ਠੀਕ ਹੈ ਮੁੜ ਗਿਆ ਆਖੇ ਲੱਗ ਗਿਆ ਸਿਆਣਾ ਕੁੱਤਾ ਜਾ ਜਾ ਵਾਗ ਪੈਣਾ ਮੇਰਾ ਅਤੇ ਹੁਣ ਜੀ ਆਪਾਂ ਵੜ ਲੱਗੇ ਹਾਂ ਘਰ ਅਤੇ ਪਾਣੀ ਚੱਲ ਰਿਹਾ ਅਤੇ ਪਹਿਲਾਂ ਕਰਾਂਗੇ ਇਸ਼ਨਾਨ ਪਾਣੀ ਗਰਮੀ ਨਾਲ ਪਏ ਨੇ ਕੱਪੜੇ ਭੇਜੇ ਫੋਟੋ ਵੀ ਹੋ ਗਈ ਕਾਲੀ ਫੋਟੋ ਵੀ ਨਹੀਂ ਆ ਰਹੀ ਹੁਣ ਆਈ ਠੀਕ ਹੈ ਜੀ ਆਪਾਂ ਮਿਲਾਂਗੇ ਓਏ 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 ਕੀ ਹੈ ਕੀ ਹੈ ਹਾਂ ਕੀ ਹੈ ਕੀ ਕਹਿਣਾ ਬੀਬੀ ਨੇ ਖੇਡਣਾ ਤਾਂ ਪਿਆ ਕਿਤੇ ਜਾਣਾ ਚੱਲ ਵੇਲਾ ਸ਼ਰਗੁਣ ਆਪਣੇ ਡੈਡੀ ਨੂੰ ਮਿਲਦੀ ਪਈ ਹੈ ਆਵੇ ਮੈਂ ਕਿਹੜਾ ਤੂੰ ਕਿੰਨੇ ਦਿਨਾਂ ਬਾਅਦ ਆਇਆ ਮੈਂ ਚਲੋ 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 ਚੰਗਾ ਜੀ ਮਿਲਾਂਗੇ ਕਿਸੇ ਫਿਰ ਬਲੋਕ 'ਚ ਆਵੇ ਸ਼ਰਗੁਣ ਕੀ ਕਰਦੀ ਵੀ ਕੋਕਲਾਂ ਕੋਕਲਾਂ ਉਹ ਬਦਲ ਹਾਂ ਕੀ ਹੈ ਆ ਲੈ ਮੈਂ ਅੱਜ 2 ਘੰਟੇ ਤੋਂ ਗਿਆ ਵਾਂ ਕੀ ਕਹਿਣਾ ਠੀਕ ਹੈ ਜੀ ਆਪਾਂ ਕਰਦੇ ਸਾਰਿਆਂ ਨੂੰ ਆਪਾਂ ਕਰਦੇ ਥੈਂਕ ਯੂ ਸਰਗੁਣ ਥੈਂਕ ਯੂ ਤੂੰ ਕਹਿ ਫਿਲਹਾਲ ਮਿਲਾਂਗੇ ਆਪਾਂ ਫਿਰ ਕਿਸੇ ਵੀ ਅਗਲੀ ਵਲੋਗ 'ਚ ਕਹਿ ਦੇ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਚੱਲ